ਮੇਰਾ ਬ੍ਰਦਰ ਸੀ ਫੌਜ ਦੇ ਵਿੱਚੋਂ ਡਿਊਟੀ ਕਰਕੇ ਆਇਆ ਪੈਨਸ਼ਨ ਆਇਆ ਪੈਨਸ਼ਨ ਆਉਣ ਤੋਂ ਬਾਅਦ ਉਹ ਪਤਾ ਨਹੀਂ ਕੀ ਉਹਦੇ ਬ੍ਰੇਨ ਤੇ ਆਇਆ ਉਹ ਨਸ਼ਾ ਕਰਨਾ ਸ਼ੁਰੂ ਕਰ ਤੋਨੇ ਸ਼ਰਾਬ ਦਾ 28/8/2014 ਨੂੰ ਉਹਦੀ ਮੌਤ ਹੋ ਗਈ ਸ਼ਰਾਬ ਦੇ ਕਾਰਨ ਮੈਂ ਹਰਦੁਆਰ ਡੇਰੇ ਦੇ ਵਿੱਚ ਇੱਕ ਸਵਾਮੀ ਜੀ ਨੇ ਜਿੱਥੇ ਦਵਾਈਆਂ ਦਾ ਕੰਮ ਸਿੱਖਦਾ ਸੀ ਉਹਨਾਂ ਕੋਲੇ ਮੈਂ ਗੱਲ ਕੀਤੀ ਵੀ ਇਸ ਤਰ੍ਹਾਂ ਕਰਕੇ ਵੀ ਸਾਡੇ ਬ੍ਰਦਰ ਦੀ ਡੈਥ ਹੋ ਗਈ ਵੀ ਅਸੀਂ ਚਾਹੁੰਦੇ ਆ ਵੀ ਕੋਈ ਇਸ ਤਰ੍ਹਾਂ ਦੀ ਦਵਾਈ ਬਣ ਸਕਦੀ ਹੈ ਵੀ ਜਿਹਦੇ ਨਾਲ ਨਸ਼ਾ ਛੁੱਟ ਜੇ ਸਾਡੇ ਕੋਲੇ ਬਹੁਤ ਜ਼ਿਆਦਾ ਐਵਰੇਜ ਪੈ ਰਹੀ ਹੈ ਨਸ਼ਾ ਦੀ ਦਵਾਈ ਲੈਣ ਵਾਲਿਆਂ ਦੀ ਹੂੰ ਤਕਰੀਬਨ ਇਹ ਮੰਨ ਕੇ ਚੱਲੋ ਵੀ 50 ਤੋਂ 70 ਬੰਦੇ ਰੋਜ਼ ਆਉਂਦੇ ਆ ਕਿਉਂਕਿ ਸਾਡੇ ਘਰੇ ਅਗ ਲੱਗ ਗਈ ਅਸੀਂ ਸੋਚਦੇ ਆ ਵੀ ਸਾਡਾ ਭਰਾ ਤਾਂ ਮਰ ਗਿਆ ਔਰ ਲੋਕਾਂ ਦੇ ਭਰਾ ਲੋਕਾਂ ਦੇ ਪੁੱਤ ਭੈਣਾਂ ਦੇ ਵੀਰ ਬਚ ਜਾਣਾ ਸੀ ਤਾਂ ਇਹ ਸੇ ਇਹ ਨੂੰ ਲੈ ਕੇ ਚੱਲੇ ਹੋਇਆ ਹਰ ਨਸ਼ਾ ਕਰਨ ਵਾਲੇ ਲੋਕ ਮੇਰੇ ਕੋਲ ਆਉਂਦੇ ਨੇ ਗੋਲੀਆਂ ਵਾਲੇ ਉੱਕੀ ਵਾਲੇ ਅਫੀਮ ਵਾਲੇ ਚਿੱਟੇ ਵਾਲੇ ਜ਼ਿਆਦਾਤਰ ਸ਼ਰਾਬ ਵਾਲੇ ਮੈਨੂੰ ਦਸ ਦਿਨ ਬੜੀ ਸ਼ਰਮ ਆਉਂਦੀ ਆ ਬੱਲੇ ਜੀ ਕਿ ਕੁੜੀਆਂ ਵੀ ਨਸ਼ਾ ਕਰਨ ਲੱਗ ਮੇਉਨਾ ਸ਼ਰਾਂ ਦੇ ਨਾਂ ਨਹੀਂ ਗਿਣਾ ਸਕਦਾ ਮੈਨੂੰ ਦਰਦ ਹੁੰਦਾ ਜਦੋਂ ਕੁੜੀਆਂ ਆ ਕੇ ਕਹਿੰਦੀਆਂ ਨੇ ਮੈਂ ਚਿੱਟੇ ਦਾ ਨਸ਼ਾ ਕਰਦੀ ਆਂ ਮੈਂ ਵਿਸਕੀ ਲੈਣੀ ਆ ਮੈਂ ਵੀਅਰ ਲੈਣੀ ਆ ਇਹ ਦਵਾਈ ਇੱਕ ਰਾਮ ਬਾਣ ਬੰਗ ਬੰਗ ਇੱਕ ਕਾਰਗਰ ਸਿੱਧ ਹੋਈ ਆ ਇਹਦਾ ਸਾਈਡ ਇਫੈਕਟ ਕੋਈ ਨਹੀਂ ਹੈ ਬਿਲਕੁਲ ਵੀ ਨਾ ਇਹਦੇ ਨਾਲ ਮੂੰਹ ਲਾਲ ਨਾ ਧਫੜੀ ਨੀਂ ਨਾ ਜੀ ਕੱਚਾ ਨਾ ਉਲਟੀ ਕੁਝ ਨਹੀਂ ਹੁੰਦਾ ਆ ਦੇਖੋ ਪੰਜ ਸੱਤ ਕਬੂਂਦਾ ਪਾਉਣੀਆਂ ਨੇ ਇਹ ਇੰਨੀਆਂ ਕ ਪਾਤੀਆਂ ਇਹਨੂੰ ਹਲਿਆ ਲਿਆ ਇਸ ਤਰ੍ਹਾਂ ਕਰਕੇ ਪੀ ਲਿਆ ਇਹਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈ ਹੁਣ ਮੈਂ ਨਾ ਨਹੀਂ ਲੈ ਸਕਦਾ ਜੀ ਦੇਖੋ ਤੁਹਾਡੇ ਚੈਨਲ ਨੇ ਦੂਰ ਤੱਕ ਗੱਲ ਜਾਣੀ ਆ ਕਈ ਵਾਰ ਮੇਰੇ ਕੋਲੇ ਉਹ ਰੋਪ ਏ ਜਦੋਂ ਮੈਂ ਦੱਸਿਆ ਵੀ ਮੇਰਾ ਆ ਰੈਂਕ ਹੈ ਮੈਨੂੰ ਬੜਾ ਦੁੱਖ ਹੋਇਆ ਮਾ ਜੀ ਤੁਸੀਂ ਫੇਰ ਇਸ ਲਾਈਨ ਤੇ ਉਹ ਰੋਪਿਆ ਵਿਚਾਰਾ ਕਹਿੰਦਾ ਜੀ ਇਸ ਤਰ੍ਹਾਂ ਕਰਕੇ ਕਰੀ ਦਰਸ਼ਕਾਂ ਜੀ ਸਾਰਿਆਂ ਨੂੰ ਮੈਂ ਗੁਰਪ੍ਰੀਤ ਸਿੰਘ ਬੱਲ ਪੰਜਾਬ ਨਿਊਜ਼ ਦੇਖ ਰਹੇ ਦਰਸ਼ਕ ਸ੍ਰੋਤਿਆਂ ਦਾ ਸਵਾਗਤ ਕਰਦਾ ਉਮੀਦ ਕਰਦਾ ਤੁਸੀਂ ਠੀਕ ਠਾਕ ਹੋਵੋਗੇ ਦੋਸਤੋ ਬਾਲੀਵੁੱਡ ਦੇ ਵਿੱਚ ਬਹੁਤ ਵੱਡੇ ਵੱਡੀਆਂ ਫਿਲਮਾਂ ਬਣੀਆਂ ਪੰਜਾਬ ਨੂੰ ਜਿਹੜਾ ਇੱਕ ਨਸ਼ੇੜੀ ਤੌਰ ਤੇ ਦਰਸਾਉਂਦੀਆਂ ਸੀਗੀਆਂ ਉੜਤਾ ਪੰਜਾਬ ਵਰਗੀਆਂ ਫਿਲਮਾਂ ਬਣਦੀਆਂ ਨੇ ਜਿਸ ਦੇ ਵਿੱਚ ਸਾਫ਼ ਤੌਰ ਤੇ ਦਿਖਾਇਆ ਜਾਂਦਾ ਕਿ ਜਿਹੜਾ ਪੰਜਾਬ ਹੈ ਉਹ ਨਸ਼ਿਆਂ ਦੀ ਦਲਦਲ ਦੇ ਵਿੱਚ ਘਿਰਿਆ ਹੋਇਆ ਕਿਤੇ ਇਹ ਹੱਦ ਤੱਕ ਸਹੀ ਵੀ ਸੀਗਾ ਜਿਹੜਾ ਨਸ਼ਾ ਜਿਹੜਾ ਸੀਗਾ ਪੰਜਾਬ ਦੇ ਵਿੱਚ ਇਸ ਹੱਦ ਤੱਕ ਵੱਧ ਗਿਆ ਸੀਗਾ ਕਿ ਮਾਵਾ ਤਰਸਦੀਆਂ ਸੀਗੀਆਂ ਕਿ ਸਾਡਾ ਪੁੱਤ ਚਿੱਟਾ ਨਾ ਲਾਉਂਦਾ ਹੋਵੇ ਹੋਰ ਜਿਹੜਾ ਮਰਜੀ ਨਸ਼ਾ ਕਰ ਲਵੇ ਕੁਝ ਐਸੇ ਜਿਹੜੇ ਨਸ਼ੇ ਬਾਹਰ ਆ ਚੁੱਕੇ ਸੀ ਐਸੇ ਗੰਦੇ ਨਸ਼ੇ ਜਿਹੜੇ ਬਾਹਰ ਆ ਚੁੱਕੇ ਸੀਗੇ ਜਿਨ੍ਹਾਂ ਦਾ ਇਲਾਜ ਕਿਤੇ ਵੀ ਲੱਭਣਾ ਜਿਹੜਾ ਆ ਉਹ ਮੁਸ਼ਕਲ ਹੋ ਚੁੱਕਾ ਸੀਗਾ ਵੱਖ-ਵੱਖ ਸੈਂਟਰਾਂ ਦੇ ਵਿੱਚ ਜਿਹੜੇ ਮਾਪੇ ਜਿਹੜੇ ਸੀਗੇ ਆਪਣੇ ਬੱਚਿਆਂ ਨੂੰ ਜਿਹੜੇ ਆ ਦਾਖਲ ਕਰਾਉਂਦੇ ਸੀ ਤਾਂ ਕਿ ਇਸ ਇਸ ਉਹਨਾਂ ਦਾ ਜਿਹੜਾ ਨਸ਼ਾ ਜਿਹੜਾ ਸੀਗਾ ਛੜਾਇਆ ਜਾ ਸਕੇ ਪਰ ਉਹ ਨਸ਼ਾ ਛਡਾਊ ਕੇਂਦਰ ਵੀ ਜਿਹੜੇ ਕਿਤੇ ਨਾ ਕਿਤੇ ਜਿਹੜੇ ਸੀਗੇ ਉਹ ਹਾਰ ਦੇ ਨਜ਼ਰ ਆਉਂਦੇ ਸੀਗੇ ਇਸੇ ਦਲਦਲ ਦੇ ਵਿੱਚ ਬਹੁਤ ਘੱਟ ਲੋਕ ਹੁੰਦੇ ਨੇ ਜਿਹੜੇ ਇੱਕ ਮਸੀਹਾ ਬਣ ਕੇ ਸਾਹਮਣੇ ਆਉਂਦੇ ਨੇ ਬਹੁਤ ਘੱਟ ਸ਼ਖਸ ਹੁੰਦੇ ਨੇ ਜਿਹੜੇ ਉਹਨਾਂ ਲੋਕਾਂ ਦੀ ਜਿਹੜੇ ਇਸ ਦਲਦਲ ਦੇ ਵਿੱਚ ਘਿਰੇ ਹੋਏ ਨੇ ਯਾਨੀ ਕਿ ਨਸ਼ੇ ਦੇ ਦਲਦਲ ਦੇ ਵਿੱਚ ਘਿਰੇ ਹੋਏ ਨੇ ਉਹਨਾਂ ਦੀ ਮਦਦ ਕਰਦੇ ਨੇ ਉਹਨਾਂ ਦਾ ਸਹਾਰਾ ਬਣ ਕੇ ਬਾਹਰ ਆਉਂਦੇ ਨੇ ਅੱਜ ਅਸੀਂ ਪਿੰਡ ਸ਼ੇਰਪੁਰ ਥਾਣਾ ਜ਼ਿਲ੍ਹਾ ਸੰਗਰੂਰ ਦੇ ਵਿੱਚ ਪਹੁੰਚੇ ਆ ਜੀ ਇੱਥੇ ਪਹੁੰਚਣ ਦਾ ਖਾਸ ਕਾਰਨ ਹੈ ਕਿ ਇੱਥੋਂ ਦੇ ਇੱਕ ਸ਼ਖਸ ਨੇ ਨਿਰਮਲ ਸਿੰਘ ਆਲਖ ਜੀ ਜਿ ਖਾਸ ਤੌਰ 'ਤੇ ਜਿਨ੍ਹਾਂ ਦਾ ਨਾਮ ਇਸ ਕਰਕੇ ਮਸ਼ਹੂਰ ਹੈ ਕਿਉਂਕਿ ਉਹ ਕਿਸੇ ਤਰੀਕੇ ਦਾ ਵੀ ਕੋਈ ਸ਼ਖਸ ਜੇ ਨਸ਼ਾ ਕਰਦਾ ਹੋਵੇ ਤਾਂ ਉਸ ਨੂੰ ਫਰੀ ਦਵਾਈ ਦਿੰਦੇ ਨੇ ਤੇ ਉਹ ਨਸ਼ਾ ਛਡਾਉਂਦੇ ਨੇ ਬਹੁਤ ਵੱਡਾ ਐਕਸਪੀਰੀਅੰਸ ਬਹੁਤ ਵੱਡਾ ਤਜਰਬਾ ਹੋ ਚੁੱਕਾ ਉਹਨਾਂ ਨੂੰ ਬਹੁਤ ਕਾਫੀ ਸਾਲ ਹੋ ਚੁੱਕੇ ਨੇ ਜਿਹੜਾ ਇਸ ਇਹ ਜਿਹੜਾ ਕੰਮ ਜਿਹੜਾ ਉਹਨਾਂ ਨੇ ਕੀਤਾ ਹੈ ਇੱਕ ਸਫਲ ਮੈਂ ਕਹਿੰਨਾ ਇੱਕ ਪੁੰਨ ਵਾਲਾ ਕੰਮ ਜਿਹੜਾ ਕਰਨਾ ਸ਼ੁਰੂ ਕੀਤਾ ਬਹੁਤ ਲੰਬਾ ਸਮਾਂ ਬਤੀਤ ਹੋ ਚੁੱਕਾ ਆ ਅੱਛਾ ਨਾਲ ਹੋਣਗੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿਵੇਂ ਇਹ ਦਵਾਈ ਦਾ ਬਣਾਉਣ ਦਾ ਉਹਨਾਂ ਦਾ ਤਰੀਕਾ ਹੈ ਦਵਾਈ ਕਿਵੇਂ ਬਣਾਉਂਦੇ ਨੇ ਕੀ ਕੁਛ ਆ ਉਹਨਾਂ ਦੀ ਦਵਾਈ ਦੇ ਵਿੱਚ ਅਸਲ ਦੇ ਵਿੱਚ ਕਿਵੇਂ ਕੰਮ ਕਰਦੀ ਹੈ ਇਹ ਸਾਰਾ ਕੁਝ ਉਹ ਡੈਮੋਨਸਟ੍ਰੇਟ ਕਰਕੇ ਵੀ ਸਾਨੂੰ ਦਿਖਾਉਣਗੇ ਸਤਿਪ੍ਰੀਤ ਬਾਬਾ ਜੀ ਆਪਣੇ ਨਾਲ ਨੇ ਉਹ ਵੀ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਰੇ ਸਰੋਤਿਆਂ ਦਾ ਜੀ ਧੰਨਵਾਦ ਹੈ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾ ਸਵਾਲ ਮੇਰਾ ਇਹ ਹੋਊਗਾ ਕਿ ਜਿਹੜੇ ਲੋਕ ਜਿਹੜੇ ਆਉਂਦੇ ਨੇ ਤੁਹਾਡੇ ਕੋਲੇ ਬਦੁਰੂ ਦੁਰੂ ਲੋਕ ਆਉਂਦੇ ਹੋਣਗੇ ਕਿੰਨਾ ਸਮਾਂ ਹੋ ਗਿਆ ਇਹਦਾ ਸ਼ੁਰੂਆਤ ਤੁਸੀਂ ਕੀਤੀ ਹੈ ਜਿਹੜਾ ਤੁਸੀਂ ਇਹ ਫ੍ਰੀ ਦੇ ਵਿੱਚ ਜਿਹੜੀ ਇਹ ਸੇਵਾ ਸ਼ੁਰੂ ਕੀਤੀ ਹੈ ਕਿ ਨਸ਼ਾ ਜਿਹੜਾ ਕੋਈ ਵੀ ਤਰੀਕੇ ਦਾ ਨਸ਼ਾ ਹੋਵੇ ਉਹ ਜਿਹੜੀ ਦਵਾਈ ਹੈ ਉਹ ਫ੍ਰੀ ਦੇ ਵਿੱਚ ਕਿੰਨਾ ਸਮ ਦਰ ਅਸਲ ਦੇ ਵਿੱਚ ਜੀ ਇਹ ਇੱਕ ਮੇਰੇ ਜਿਹਨ ਦਾ ਦਰਦ ਹੈ ਮੇਰਾ ਬ੍ਰਦਰ ਸੀ ਸਤੋ ਦੋ ਤੋਂ ਛੋਟਾ ਬੈਂ ਸਿੰਘ ਔਲ ਕੋ ਫੌਜ ਦੇ ਵਿੱਚ ਉਹ ਡਿਊਟੀ ਕਰਕੇ ਆਇਆ ਪੈਨਸ਼ਨ ਆਇਆ ਪੈਨਸ਼ਨ ਆਉਣ ਤੋਂ ਬਾਅਦ ਉਹ ਪਤਾ ਨਹੀਂ ਕੀ ਉਹਦੇ ਬ੍ਰੇਨ ਤੇ ਆਇਆ ਉਹ ਨਸ਼ਾ ਕਰਨਾ ਸ਼ੁਰੂ ਕਰ ਤੋਨੇ ਸ਼ਰਾਬ ਦਾ ਸ਼ਰਾਬ ਕਾਫੀ ਹੱਦ ਤੱਕ ਪੀਂਦਾ ਰਿਹਾ ਬਹੁਤ ਸਮਝਾਇਆ ਕੈਂਪਨ ਛੱਡਿਆ ਪਰ ਠੀਕ ਨਾ ਖਣੀ ਆ ਜੀ 28 8 2014 ਨੂੰ ਉਹਦੀ ਮੌਤ ਹੋ ਗਈ ਸ਼ਰਾਬ ਦੇ ਕਰਕੇ ਉਹਦੀ ਜਿਹੜੀ ਪੈਨਸ਼ਨ ਹੈ ਉਹ ਮੇਰੀ ਮਾਤਾ ਜੀ ਨੂੰ ਮਿਲਦੀ ਹੈ ਹੂੰ ਅਸੀਂ ਪਰਿਵਾਰ ਦੇ ਵਿੱਚ ਸਾਰੇ ਭਰਾਵਾਂ ਨੇ ਹੂੰ ਮੇਰੀ ਮਾਂ ਨੇ ਹੂੰ ਬੈਠ ਕੇ ਸਲਾਹ ਕੀਤੀ ਵੀ ਆਪਾਂ ਇਹ ਪੈਨਸ਼ਨ ਦਾ ਕਿਸੇ ਗਰੀਬਾਂ ਨੂੰ ਦਾਨ ਵਗੈਰਾ ਦੇ ਉੱਪਰ ਲਾਇਆ ਕਰੀਏ ਹੂੰ ਮੈਂ ਹਰਦوار ਡੇਰੇ ਦੇ ਵਿੱਚ ਇੱਕ ਸਵਾਮੀ ਜੀ ਨੇ ਜਿੱਥੇ ਦਵਾਈਆਂ ਦਾ ਕੰਮ ਸਿੱਖਦਾ ਸੀ ਦੇਸੀ ਜੜੀਆਂ ਬੂਟੀਆਂ ਬਾਰੇ ਜਾਣਕਾਰੀ ਲੈਂਦਾ ਸੀ ਹੂੰ ਉਹਨਾਂ ਕੋਲੇ ਮੈਂ ਗੱਲ ਕੀਤੀ ਵੀ ਇਸ ਤਰ੍ਹਾਂ ਕਰਕੇ ਵੀ ਸਾਡੇ ਬ੍ਰਦਰ ਦੀ ਡੈਥ ਹੋ ਗਈ ਵੀ ਅਸੀਂ ਚਾਹੁੰਦੇ ਆ ਵੀ ਕੋਈ ਇਸ ਤਰ੍ਹਾਂ ਦੀ ਦਵਾਈ ਬਣ ਸਕਦੀ ਹੈ ਵੀ ਜਿਹਦੇ ਨਾਲ ਨਸ਼ਾ ਛੁੱਟ ਜੇ ਔਰ ਦਵਾਈ ਮਹਿੰਗੀ ਵੀ ਨਾ ਹੋਵੇ ਤਾਂ ਕਿ ਅਸੀਂ ਫ੍ਰੀ ਦੇ ਸਕੀਏ ਹੂੰ ਉਹਨਾਂ ਨੇ ਮੇਰੀ ਹੈਲਪ ਕੀਤੀ ਉਹ ਉਥੇ ਕੱਢੀ ਜਾਂਦੀ ਆ ਅਰਕਵਾਂਗ ਨਿਕਲੀ ਦੇਦੇ ਵਿੱਚ 16 17 ਚੀਜ਼ਾਂ ਪੈਂਦੀਆਂ ਨੇ ਹੂੰ ਉਥੋਂ ਅਸੀਂ ਇਹ ਮੁੱਲ ਲੈ ਕੇ ਆਉਨੇ ਆ ਇਹਦੀ ਖਾਲੀ ਸ਼ੀਸ਼ੀ ਆ ਜਿਹੜੀ ਉਹ ਲੋਦੇਣੇ ਤੋਂ ਲੈ ਕੇ ਆਉਨੇ ਆ ਭਰ ਕੇ ਪੈਕਿੰਗ ਕਰ ਕਰਕੇ ਉਹ ਅਸੀਂ ਇੱਥੇ ਆਇਆਂ ਨੂੰ ਦਿੰਨੇ ਆ ਸਾਡੇ ਕੋਲੇ ਬਹੁਤ ਜ਼ਿਆਦਾ ਐਵਰੇਜ ਪੈ ਰਹੀ ਆ ਨਸ਼ਾ ਦੀ ਦਵਾਈ ਲੈਣ ਵਾਲਿਆਂ ਦੀ ਹੂੰ ਤਕਰੀਬਨ ਇਹ ਮੰਨ ਕੇ ਚੱਲੋ 50 ਤੋਂ 70 ਬੰਦੇ ਰੋਜ਼ ਆਉਂਦੇ ਆ ਔਰ ਇਹ ਦਵਾਈ ਇੱਕ ਰਾਮ ਬਾਣ ਵੰਗ ਪੰਗ ਇੱਕ ਕਾਰਗਰ ਸਿੱਧ ਹੋਈ ਆ ਇਹਦਾ ਸਾਈਡ ਇਫੈਕਟ ਕੋਈ ਨਹੀਂ ਆ ਬਿਲਕੁਲ ਵੀ ਨਾ ਇਹਦੇ ਨਾਲ ਮੂੰਹ ਲਾਲ ਨਾ ਧਫੜੀ ਨੀ ਨਾ ਜੀ ਕੱਚਾ ਨਾ ਉਲਟੀ ਕੁਝ ਨਹੀਂ ਹੁੰਦਾ ਔਰ ਪੀਣੀ ਦੋ ਤਿੰਨ ਮਹੀਨੇ ਪੈਂਦੀ ਹੈ ਅੱਛਾ ਇਹ ਜਿਹੜਾ ਤੁਸੀਂ ਦੱਸਿਆ ਵੀ ਕਾफी ਚੀਜ਼ਾਂ ਇਹਦੇ ਵਿੱਚ ਪੈਂਦੀਆਂ ਨੇ ਜਿਹੜੀ ਤੁਸੀਂ ਦਵਾਈ ਬਣਾਉਂਦੇ ਹੋ ਉਹਦੇ ਵਿੱਚ ਚੀਜ਼ਾਂ ਕਿਹੜੀ ਕਿਹੜੀਆਂ ਪੈਂਦੀਆਂ ਨੇ ਮੈਂ ਚਾਹੁੰਦਾ ਵੀ ਤੁਸੀਂ ਉਹ ਵੀ ਦੱਸੋ ਵੀ ਕਿਹੜੀ ਕਿਹੜੀ ਚੀਜ਼ ਮਿਲਾ ਕੇ ਜਿਹੜੀ ਬਣਦੀ ਹੈ ਦਵਾਈ ਬਣਦੀ ਹੈ ਫਿਰ ਤੁਸੀਂ ਉਸ ਇੱਕ ਡਰਾਪਰ ਦੇ ਵਿੱਚ ਭਰਦੇ ਹੋ ਕਿਹੜੀ ਕਿਹੜੀ ਚੀਜ਼ਾਂ ਇਹਦੀ ਮਿਲਾ ਕੇ ਪੈਂਦੀ ਹੈ ਅਸਲ ਦੇ ਵਿੱਚ ਤਾਂ ਜੀ ਅਸੀਂ ਲੈ ਕੇ ਇਹਨੂੰ ਹਰ ਦوار ਤੋਂ ਆਉਂਦੇ ਆ ਕਿਉਂਕਿ ਉੱਥੇ ਉਹਨਾਂ ਕੋਲੇ ਅਰਕ ਕੱਢਣ ਦਾ ਬਹੁਤ ਵੱਡਾ ਪ੍ਰੋਜੈਕਟ ਲੱ ਕਮੋ ਜਿਹੜੀ ਖੜੀ ਹੁੰਦੀ ਹੈ ਹੂੰ ਤੇ 1000 ਦਾਣੀ ਬੂਟੀ ਬਾਕੀ ਇਹਦੇ ਵਿੱਚ ਕੁੜਾ ਸਾਨੀ ਜਮੈਣ ਕਾਫੀ 16 17 ਚੀਜ਼ਾਂ ਨੇ ਜਿਨ੍ਹਾਂ ਨੂੰ ਭਿਉਂਤਾ ਜਾਂਦਾ ਭਿਉਂ ਕੇ ਪਾਣੀ ਦੇ ਵਿੱਚ ਫਿਰ ਦੂਸਰੇ ਤੀਸਰੇ ਦਿਨ ਫਿਰ ਉਹਦਾ ਅਰਕ ਵਾਂਗੂ ਕੱਢਿਆ ਜਾਂਦਾ ਜਿਵੇਂ ਸ਼ਰਾਬ ਨਹੀਂ ਨਿਕਲਦੀ ਸੇਮ ਉਹਵੇਂ ਜਿਵੇਂ ਅਰਕ ਨਿਕਲਦਾ ਬਿਲਕੁਲ ਵਾਈਟ ਕਲਰ ਦੀ ਐ ਮੈਂ ਤੁਹਾਨੂੰ ਦਿਖਾਉਂਗਾ ਵੀ ਉਹ ਉਹ ਇਸ ਤਰ੍ਹਾਂ ਬਣਦੀ ਆ ਉੱਥੇ ਇਹਦੇ ਵਿੱਚ ਕੋਈ ਕੈਮੀਕਲ ਤਾਂ ਨਹੀਂ ਐਡ ਕੀਤਾ ਜਾਂਦਾ ਜਿਵੇਂ ਕੋਈ ਐਲੋਪੈਥਿਕ ਦਵਾਈ ਐਡ ਕੀਤੀ ਜਾਂਦੀ ਹੋਵੇ ਜਾਂ ਅੰਗਰੇਜ਼ੀ ਆਪਾਂ ਪਿੰਡਾਂ ਦੇ ਵਿੱਚ ਕਹਿੰਦੇ ਕਿ ਅੰਗਰੇਜ਼ੀ ਦਵਾਈ ਤਾਂ ਨਹੀਂ ਇਹਦੇ ਵਿੱਚ ਕੋਈ ਕੋਈ ਪਾਈ ਜਾਂਦੀ ਵੀ ਜਿਸ ਨਾਲ ਜਿਹੜਾ ਨਸ਼ਾ ਜਿਹੜਾ ਛਡਾਉ ਜਿਹੜਾ ਤੁਸੀਂ ਕਹ ਰਹੇ ਵੀ ਨਸ਼ਾ ਛੱਡਿਆ ਜਾਂਦਾ ਦੇਖੋ ਜੀ ਗੱਲ ਇਹ ਵੀ ਇਹਦੇ ਵਿੱਚ ਕਿਸੇ ਵੀ ਕਿਸਮ ਦਾ ਕੈਮੀਕਲ ਨਹੀਂ ਕੋਈ ਇਹ ਚ ਨਸ਼ਾ ਨਹੀਂ ਅਗਲੀ ਗੱਲ ਇਹ ਵੀ ਨਸ਼ਾ ਅਸੀਂ ਤਾਂ ਪਾਈਏ ਜੇ ਅਸੀਂ ਦਵਾਈ ਵੇਚਣੀ ਹੋਵੇ ਤਾਂ ਕਿ ਅਗਲਾ ਸ਼ਰਾਬ ਛੱਡ ਕੇ ਸਾਡੇ ਵਾਲੀ ਦਵਾਈ ਤੇ ਲੱਗ ਜਾਵੇ ਅਸੀਂ ਵੇਚਣੀ ਤਾਂ ਹੈ ਨਹੀਂ ਅਸੀਂ ਫ੍ਰੀ ਦੇ ਰਹੇ ਹਾਂ ਹੂੰ ਕਿਉਂਕਿ ਸਾਡੇ ਘਰੇ ਅਗ ਲੱਗ ਗਈ ਅਸੀਂ ਸੋਚਦਾ ਵੀ ਸਾਡਾ ਪਰਾ ਦਾ ਮਰ ਗਿਆ ਔਰ ਲੋਕਾਂ ਦੇ ਭਰਾ ਲੋਕਾਂ ਦੇ ਪੁੱਤ ਭੈਣਾਂ ਦੇ ਵੀਰ ਬਚ ਜਾਣਾ ਸੀ ਤਾਂ ਇਸ ਇਹ ਨੂੰ ਲੈ ਕੇ ਚੱਲੇ ਹੋਇਆ ਇੱਕ ਪਰਸੈਂਟ ਵੀ ਕੈਮੀਕਲ ਨਹੀਂ ਜੇ ਕੋਈ ਬੰਦਾ ਸਾਡੀ ਦਵਾਈ ਦੇ ਵਿੱਚ ਕਿਸੇ ਵੀ ਕਿਸਮ ਦਾ ਨਸ਼ਾ ਸਾਫਤ ਕਰ ਦੇਵੇ ਅਸੀਂ ਉਹਨੂੰ ਲੱਖ ਰੁਪਏ ਤੱਕ ਦਾ ਨਾਮ ਦੇ ਦਿਆਂਗੇ ਅੱਛਾ ਕਿ ਕਿਹੜੇ 2014 ਦੇ ਵਿੱਚ ਤੁਹਾਡੇ ਜਿਹੜਾ ਬ੍ਰਦਰ ਜਿਹੜਾ ਸੀਗਾ ਉਸ ਦੀ ਜਿਹੜੀ ਡੈਥ ਹੋ ਜਾਂਦੀ ਹੈ ਨਸ਼ੇ ਦੇ ਕਾਰਨ ਡੈਥ ਹੋ ਜਾਂਦੀ ਹੈ ਤੇ ਫਿਰ ਜਿਹੜਾ ਤੁਸੀਂ ਸ਼ੁਰੂਆਤ ਕੀਤੀ ਹੈ ਇਸ ਦਵਾਈ ਦੀ ਮੁਫਤ ਦਵਾਈ ਦੇਣੀ ਇਹ ਕਿਹੜੇ ਸੰ ਦੇ ਵਿੱਚ ਕੀਤੀ ਸੀ 2015 ਦੇ ਵਿੱਚ ਪੈਨਸ਼ਨ ਲੱਗ ਗਈ ਸੀ ਜੀ ਮੇਰੀ ਮਾਤਾ ਜੀ ਨੂੰ ਹੂੰ ਤੇ ਉਹ ਦੋ ਤਿੰਨ ਕੰਪਨਸ਼ਨਾਂ ਇਕੱਠੀਆਂ ਹੋਈਆਂ ਫਿਰ ਅਸੀਂ ਸਾਡੇ ਭਰਾਵਾਂ ਨੇ ਤਿੰਨੇ ਚਾਰੇ ਅਸਲ ਦੇ ਵਿੱਚ ਸਾਡੀ ਫੈਮਿਲੀ ਇਸ ਤਰੀ ਹੈ ਜਿਵੇਂ ਮੇਰੇ ਚਾਚਾ ਜੀ ਹੋਗੇ ਮੇਰੇ ਚਾਚੇ ਦੇ ਦੋ ਬੇਟੇ ਨੇ ਰਿੰਕੂ ਲੱਕੀ ਮੇਰਾ ਬ੍ਰਦਰ ਕਰਨੈਲ ਬਲਬੰਦ ਸਿੰਘ ਔਲਖ ਇਹ ਸੀ ਸਾਰੇ ਭਰਾਵਾਂ ਨੇ ਬੈਠ ਕੇ ਇਹ ਵਿਚਾਰ ਕੀਤਾ ਵੀ ਇਸ ਪੈਸੇ ਦੀ ਜਿਹੜੀ ਦਵਾਈ ਹੈ ਫ੍ਰੀ ਆਫ ਕੋਸਟ ਦਿੱਤੀ ਜਾਵੇ ਤਾਂ ਕੋਈ ਪੈਸਾ ਨਾ ਲਿਆ ਜਾਵੇ ਇਹ ਗੱਲ ਜ਼ਰੂਰ ਹੈ ਕਿ ਕਈ ਵਾਰ ਦਵਾਈ ਸਾਡੇ ਕੋਲੇ ਪੈਨਸ਼ਨ ਦੀ ਲਾਗਤ ਤੋਂ ਜ਼ਿਆਦਾ ਲੱਗ ਜਾਂਦੀ ਹੈ ਹਮ ਅਜੇ 6 ਸਾਲ ਤੋਂ ਹੋਗੇ ਕੀ ਲੱਗਦਾ ਸੱਚਮੁੱਚ ਦੇ ਵਿੱਚ ਹੁਣ ਪੰਜਾਬ ਦੇ ਵਿੱਚ ਨਸ਼ਾ ਇੰਨਾ ਵੱਧ ਚੁੱਕਾ ਆ ਕਿ ਉਹਦਾ ਕੋਈ ਤੋੜ ਨਹੀਂ ਰਿਹਾ ਵੀ ਲੋਕ ਜਿਹੜਾ ਦਰਦਰ ਭਟਕ ਰਹੇ ਨੇ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਜਾ ਰਹੇ ਨੇ ਤੁਸੀਂ ਮੰਨਦੇ ਹੋ ਕਿ ਪੰਜਾਬ ਦੇ ਵਿੱਚ ਨਸ਼ਾ ਇੰਨਾ ਵੱਧ ਚੁੱਕਾ ਆ ਦੇਖੋ ਜੀ ਚੈਨਲ ਦੇ ਦੁਆਰਾ ਬਹੁਤ ਦੂਰ ਤੱਕ ਤੁਹਾਡੀ ਇਹ ਗੱਲ ਜਾਣੀ ਹੈ ਹੂੰ ਜਿਵੇਂ ਕਹਿੰਦੇ ਆ ਵੀ ਇੰਨਾ ਜ਼ਿਆਦਾ ਵੀ ਸੱਚ ਨਾਲ ਬੋਲ ਪੀ ਕੱਲਾ ਹੀ ਰਹਿ ਜੀ ਹੂੰ ਥੋੜਾ ਜਿਹਾ ਝੂਠ ਬੋਲ ਦੇ ਚਾਰਕ ਬੰਦੇ ਰੱਖ ਲੈ ਕੰਨ ਹੀ ਲਾਉਣ ਲਈ ਮੋਢੇ ਲਾਉਣ ਲਈ ਹੂੰ ਮੈਨੂੰ ਦੱਸ ਦੇਣ ਬੜੀ ਸ਼ਰਮ ਆਉਂਦੀ ਆ ਬੱਲੇ ਜੀ ਕਿ ਕੁੜੀਆਂ ਵੀ ਨਸ਼ਾ ਕਰਨ ਲੱਗੀਆਂ ਮੈਂ ਉਹਨਾਂ ਸ਼ਹਿਰਾਂ ਦੇ ਨਾਂ ਨਹੀਂ ਗਿਣਾ ਸਕਦਾ ਮੈਨੂੰ ਦਰਦ ਹੁੰਦਾ ਜਦੋਂ ਕੁੜੀਆਂ ਆ ਕੇ ਕਹਿੰਦੀਆਂ ਨੇ ਮੈਂ ਚਿੱਟੇ ਦਾ ਨਸ਼ਾ ਕਰਦੀ ਆਂ ਮੈਂ ਵਿਸਕੀ ਲੈਣੀ ਆ ਮੈਂ ਵੀਅਰ ਲੈਣੀ ਆ ਤੇ ਮੈਨੂੰ ਬਹੁਤ ਦੁੱਖ ਹੁੰਦਾ ਵੀ ਯਾਰ ਜਿਸ ਦੇਸ਼ ਦੀ ਜਗ ਜਨਨੀ ਨਸ਼ਾ ਕਰਨ ਲੱਗੀ ਤੇ ਸਾਡੇ ਲੋਕਾਂ ਦਾ ਕੀ ਬਣੂਗਾ ਮੈਨੂੰ ਬਹੁਤ ਦੁੱਖ ਹੁੰਦਾ ਅੱਛਾ ਉਹ ਕੁੜੀਆਂ ਫੇ ਕੱਲੀਆਂ ਆਉਂਦੀਆਂ ਨੇ ਕਿ ਪਰਿਵਾਰ ਸਮੇਤ ਆਉਂਦੀਆਂ ਨੇ ਵੀ ਅਸੀਂ ਤੁਹਾਡੇ ਕੋਲ ਜ਼ਿਆਦਾ ਕਿ ਦੱਸ ਦੀਆਂ ਨੇ ਕਿ ਅਸੀਂ ਨਸ਼ਾ ਕਰਨ ਲੱਗ ਗਏ ਆ ਇਹ ਨਸ਼ਾ ਕਰਦੇ ਆ ਇਹ ਨਸ਼ਾ ਕਰਦੇ ਆ ਉਹ ਪਰਿਵਾਰ ਸਮੇਤ ਆਉਂਦੀਆਂ ਨੇ ਕਿ ਕੱਲੀਆਂ ਆਉਂਦੀਆਂ ਨੇ ਨਹੀਂ ਜੋ ਚੋਰੀ ਆਉਂਦੀਆਂ ਨੇ ਕਿਉਂਕਿ ਕੋਈ ਤਕਰੀਬਨ ਇੱਕ ਅੱਧੀ ਪਰਿਵਾਰ ਨੂੰ ਲੈ ਕੇ ਆਉਂਦੀ ਆ ਵੈਸੇ ਚੋਰੀਆਂ ਹੀ ਆਉਂਦੀਆਂ ਨੇ ਜ਼ਿਆਦਾਤਰ ਕਿਉਂਕਿ ਕੁੜੀਆਂ ਅਸਲ ਦੇ ਵਿੱਚ ਨਸ਼ੇ ਬਾਰੇ ਮੈਂ ਤੁਹਾਨੂੰ ਇਹ ਦੱਸ ਹੀ ਦੇਵਾਂ ਨਸ਼ਾ ਕਰਨ ਦੇ ਕਾਰਨ ਕੀ ਨੇ ਹੂੰ ਨਸ਼ਾ ਕਰਨ ਦੇ ਕਾਰਨ ਇਹ ਜੀ ਪਹਿਲਾਂ ਤਾਂ ਕਿਸੇ ਦੇ ਸਿਰ ਕਰਜ਼ਾ ਜੜ ਜਿਉ ਨਸ਼ਾ ਕਰਨ ਲੱਗ ਜਾਂਦਾ ਹੈ ਹੂੰ ਕਿਸੇ ਦਾ ਨੌਜਵਾਨ ਪੁੱਤ ਮਰ ਗਿਆ ਉਹ ਨਸ਼ਾ ਕਰਨ ਲੱਗ ਜਾਂਦਾ ਹੈ ਹੂੰ ਕਿਸੇ ਨੂੰ ਏਜੰਟ ਨੇ ਕਹਿਤਾ ਵੀ ਤੇਰੇ ਕੋਲੇ ਜ਼ਮੀਨ ਦਾ 3-4 ਵਿਗੇ ਆ ਹੂੰ ਤੂੰ ਵੇਚ ਕੇ 28 ਲੱਖ ਫੜਾ ਤੈਨੂੰ ਕੈਨੇਡਾ ਭੇਜ ਦਿੰਦੇ ਆ ਏਜੰਟ ਭੱਜ ਗਿਆ ਉਹ ਨਸ਼ਾ ਕਰਨ ਲੱਗਿਆ ਕਿਸੇ ਦੀ ਭੈਣ ਨੇ ਕਿਸੇ ਦੀ ਬੇਟੀ ਨੇ ਗਲਤੀ ਕਰ ਲਈ ਲਵ ਮੈਰਿਜ ਕਰਾ ਲਈ ਘਰੋਂ ਫਰਾਰ ਹੋ ਗਈ ਉਹ ਡਿਪਰੈਸ਼ਨ ਦੇ ਵਿੱਚ ਨਸ਼ਾ ਕਰਨ ਲੱਗਿਆ ਹੂੰ ਜਾਂ ਕਿਸੇ ਦੀ ਵਾਈਫ ਤੋਂ ਕੋਈ ਇਸ ਤਰ੍ਹਾਂ ਦੀ ਮਿਸਟੇਕ ਹੋ ਗਈ ਉਹ ਟੈਨਸ਼ਨ ਲੈ ਗਿਆ ਉਹ ਨਸ਼ਾ ਕਰਨ ਲੱਗਿਆ ਨਸ਼ੇ ਦਾ ਵੀ ਕਾਰਨ ਹੁੰਦਾ ਅਸੀਂ ਉਹਦੀ ਕਾਉਂਸਲਿੰਗ ਕਰਦੇ ਆ ਬਿਠਾ ਕੇ ਉਹਦੀ ਸੰਤੁਸ਼ਟੀ ਕਰਦੇ ਆ ਫਿਰ ਉਹਨੂੰ ਦਵਾਈ ਦਿੰਨੇ ਆ ਔਰ ਸਾਡੀ ਦਵਾਈ ਦਾ ਸਾਈਡ ਇਫੈਕਟ ਉਹਨੂੰ ਡਰਾ ਮਤਲਬ ਕਿ ਪਿਆਰ ਨਾਲ ਸਮਝਾਉਨੇ ਆ ਉਹਦੇ ਅੰਦਰੋਂ ਡਰ ਜਿਹੜਾ ਉਹ ਕੱਢ ਦਿੰਨੇ ਆ ਬਾਹਰ ਅਸੀਂ ਹੂੰ ਅੱਛਾ ਕਿਹੜਾ ਵਰਗ ਜਿਹੜਾ ਆਪਾਂ ਕਹਿ ਦਿੰਨੇ ਵੀ ਜੋ ਛੋਟੇ ਬੱਚੇ ਹੁੰਦੇ ਨੇ ਜਾਂ ਮੇਰੇ ਵਰਗ ਦੇ ਜਿਹੜੇ ਨੇ ਜਾਂ ਬਜ਼ੁਰਗ ਜਿਹੜੇ ਨੇ ਉਹ ਜ਼ਿਆਦਾ ਮਾਤਰਾ ਦੇ ਵਿੱਚ ਆਉਂਦੇ ਨੇ ਕਹਿਣ ਦਾ ਮਤਲਬ ਹੈ ਕਿਹੜਾ ਯੂਥ ਹੈ ਯੂਥ ਜ਼ਿਆਦਾਤਰ ਆਉਂਦਾ ਤੁਹਾਡੇ ਕੋਲ ਦਵਾਈ ਲੈਣ ਜਾਂ ਉਹਦੇ ਵਿੱਚ ਬਜ਼ੁਰਗ ਵੀ ਸ਼ਾਮਿਲ ਨੇ ਅ ਜ਼ਿਆਦਾਤਰ ਤਾਂ ਜੀ ਜਿਹੜੀ ਤੁਸੀਂ ਕੁੜੀਆਂ ਵਾਲੀ ਪਹਿਲਾਂ ਆਪਾਂ ਗੱਲ ਕਰੀ ਸੀ ਜਿਹੜੀਆਂ ਕੁੜੀਆਂ ਜਾਂ ਮੁੰਡੇ ਨੌਜਵਾਨ ਨੇ ਜਿਨ੍ਹਾਂ ਨੇ ਮਤਲਬ ਕਿ ਪੀਸੀਏ ਵੀਸੀਏ ਜਾਂ ਜਿਨ੍ਹਾਂ ਨੇ ਐਮਏ ਕਰ ਲਈ ਪੀਐਚਡੀ ਕਰ ਲਈ ਜਿਨ੍ਹਾਂ ਨੂੰ ਨੌਕਰੀ ਨਹੀਂ ਮਿਲੀ ਹੂੰ ਬਾਹਰ ਜਾਣ ਨੂੰ ਉਹਨਾਂ ਦਾ ਹੱਥ ਨਹੀਂ ਪਿਆ ਹੂੰ ਤੇ ਉਹ ਡਿਪਰੈਸ਼ਨ ਦੇ ਵਿੱਚ ਵੀ ਨਸ਼ਾ ਕਰਨ ਲੱਗੇ ਉਹਦਾ ਇਹ ਵੀ ਕਾਰਨ ਬਣਦਾ ਹੈ ਤੇ ਇਹਦੇ ਤੁਸੀਂ ਹੁਣ ਤਕਰੀਬਨ 6 ਸਾਲ ਹੋਣ ਵਾਲੇ ਨੇ ਇਸ ਚੀਜ਼ ਨੂੰ ਸ਼ੁਰੂ ਕੀਤੇ ਹੋਏ ਕਾਫੀ ਲੰਬਾ ਸਮਾਂ ਹੋ ਗਿਆ ਜੇ ਗੱਲ ਕਰੀਏ ਕਿ ਇਹਦੇ ਵਿੱਚ ਕੋਈ ਪੱਕਾ ਰਾਮਬਾਨਾ ਇਲਾਜ ਮਿਲ ਚੁੱਕਾ ਆ ਲੋਕ ਜਿਹੜੇ ਆ ਸੰਤੋਸ਼ਟ ਹੋ ਕੇ ਜਾ ਰਹੇ ਨੇ ਯਾਨੀ ਕਿ ਜਿਹੜੇ ਤੁਹਾਡੇ ਕੋਲ ਦਵਾਈ ਲੈ ਕੇ ਜਾਂਦੇ ਨੇ ਉਹ ਦੱਸਦੇ ਨੇ ਕਿ ਹੁਣ ਮੈਂ ਪੂਰਨ ਤੌਰ ਤੇ ਜਿਹੜਾ ਨਸ਼ਾ ਆ ਉਹ ਛੱਡ ਚੁੱਕਾ ਆ ਜਾਂ ਛੱਡ ਚੁੱਕੀ ਆ ਪਹਿਲਾਂ ਅਸੀਂ ਕੀ ਕਰਦੇ ਸੀ ਜੀ ਮੇਰੇ ਕੋਲੇ ਆਫਿਸ ਦੇ ਵਿੱਚ ਕੁੜੀ ਰੱਖੀ ਹੋਈ ਆ ਫੋਨ ਸੁਣਨ ਵਾਸਤੇ ਹੂੰ ਕਿਉਂਕਿ ਰਸ਼ ਜ਼ਿਆਦਾ ਹੁੰਦਾ ਕਰੇ ਤੋਂ ਕੰਟਰੋਲ ਨਹੀਂ ਹੁੰਦਾ ਮੇਤੋਂ ਹੂੰ ਪਹਿਲਾਂ ਅਸੀਂ ਰਜਿਸਟਰ ਲਾਇਆ ਹੁੰਦਾ ਸੀ ਬੰਦੇ ਦਾ ਨਾਮ ਉਹਦੇ ਪਿਓ ਦਾ ਨਾਮ ਟੈਲੀਫੋਨ ਪਿੰਡ ਵਗੈਰਾ ਲਿਖ ਲੈਂਦੇ ਸੀ ਹੂੰ ਕੁਝ ਲੋਕ ਚਲਾਕੀ ਕਰ ਜਾਂਦੇ ਸਾਨੂੰ ਮਤਲਬ ਕਿ ਗਲਤ ਨਾਮ ਲਿਖਿਆ ਜਾਂਦੇ ਅਸੀਂ ਕਿਹੜਾ ਆਧਾਰ ਕਾਰਡ ਦੇਖਣਾ ਸੀ ਗਲਤ ਫੋਨ ਨੰਬਰ ਦੇ ਜਾਂਦੇ ਹੂੰ ਫਿਰ ਅਸੀਂ ਸੋਚਿਆ ਵੀ ਅਸੀਂ ਕਾਹਦੇ ਵਾਸਤੇ ਲਿਖਣਾ ਉਹਦੇ ਮਨ ਦੇ ਵਿੱਚ ਨਸ਼ਾ ਦੀ ਦਵਾਈ ਲੈਣ ਵਾਲੇ ਦੇ ਮਨ ਦੇ ਵਿੱਚ ਇੱਕ ਡਰ ਹੁੰਦਾ ਸੀ ਕਿ ਮੇਰਾ ਇਹ ਲੀਕਾਉਟ ਜਿਹੜੀ ਚਿੱਟੇ ਵਗੈਰਾ ਦੀ ਜਾਂ ਫੀਮਖਾਨ ਵਾਲੇ ਦੀ ਪੁਲਿਸ ਨੂੰ ਨਾ ਦੱਸ ਦੇਣ ਇਹ ਜਾ ਕਿਸੇ ਨੂੰ ਹੋਰ ਨਾ ਦੱਸ ਦੇਣਾ ਇਸ ਤਰ੍ਹਾਂ ਦੀ ਉਹਦੇ ਮਨ ਵਿੱਚ ਡਰੋ ਗਲਤ ਅਸੀਂ ਫਿਰ ਐਡਰੈਸ ਲਿਖਣਾ ਹੀ ਬੰਦ ਕਰਤਾ ਉਹ 7-8 ਰਜਿਸਟਰ ਭਰ ਗਏ ਸੀ ਕਾਪੀਆਂ ਅਸੀਂ ਪਰੇ ਸਿਟਤੀਆਂ ਪਰੇ ਜਾ ਕੇ ਵੀ ਇਹਨੂੰ ਪਰੇ ਸਿਟੋ ਤੇ ਉਸ ਤੋਂ ਬਾਅਦ ਕੋਈ ਮਤਲਬ ਨਹੀਂ ਕਿੱਥੋਂ ਆਇਆ ਨਾ ਨਹੀਂ ਪੁੱਛਣਾ ਦਵਾਈ ਦਿੱਤੀ ਦਵਾਈ ਦੇ ਕੇ ਤੋਰਤਾ ਹੁਣ ਜਦੋਂ ਇੱਕ ਬੰਦਾ ਛੱਡਦਾ ਅਸੀਂ ਵੀਊ ਤਾਂ ਨਹੀਂ ਲੈਂਦੇ ਕਿਉਂਕਿ ਜੇ ਤਾਂ ਸਾਡਾ ਬਿਜ਼ਨਸ ਹੋਵੇ ਜਿਵੇਂ ਗੋਡੇ ਦੇ ਦਰਦ ਵਾਲੀ ਦਵਾਈ ਲੋਕ ਵੇਚਦੇ ਨੇ ਆਸਰ ਵਾਈਕਲ ਦੀ ਦਵਾਈ ਵੇਚਦੇ ਨੇ ਉਹ ਕਹਿੰਦੇ ਨਾ ਦੇਖੋ ਸੋਡੇ ਸਾਹਮਣੇ ਫਲਾਣੇ ਦਾ ਸਰਵਾਈਕਲ ਹਟ ਗਿਆ ਇਹ ਤੋਂ ਪੁੱਛੋ ਜੀ ਫਲਾਣੇ 79 ਸਾਲ ਦੀ ਮਾਈ ਸਾਨੂੰ ਕੋਈ ਮਤਲਬ ਨਹੀਂ ਸਾਡਾ ਕੰਮ ਤਾਂ ਫਰੀ ਸੇਵਾ ਸਮਾਜ ਦੀ ਸੇਵਾ ਕਰਨਾ ਅਸੀਂ ਤਾਂ ਸਵੇਰੇ ਆਪਣਾ ਸਵੇਰੇ 8 ਵਜੇ ਸ਼ਾਟਰ ਚੱਕ ਦੇਣਾ ਹੁਣ ਲਾਕਡਾਊਨ ਕਰਕੇ 2 ਵਜੇ ਤੱਕ ਆਇਆ ਸੀ 2 ਵਜੇ ਬੰਦ ਕਰ ਦਿੰਨੇ ਆ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਅਸੀਂ ਚੱਲਦੇ ਆਂ ਔਰ ਪ੍ਰਸ਼ਾਸਨ ਵੀ ਸਾਡੀ ਹੈਲਪ ਕਰ ਰਿਹਾ ਜਿਵੇਂ ਮੈਂ ਬਰਨਾਲਾ ਜੇਲ੍ਹ ਦੇ ਵਿੱਚ ਲੈਕਚਰ ਦੇ ਕੇ ਆ ਉੱਥੇ ਡੀਐਸਪੀ ਕੁਲਵੰਤ ਸਿੰਘ ਜੀ ਸੀ ਬਹੁਤ ਉੰਨੇ ਮੈਨੂੰ ਉਥੇ ਬੁਲਾਇਆ ਮੈਂ ਕੈਦੀਆਂ ਨੂੰ ਬਕਾਇਦਾ ਲੈਕਚਰ ਦਿੱਤਾ ਅਪਰਾਧਾਂ ਦੇ ਸਬੰਧ ਵਿੱਚ ਉਦੋਂ ਬਿਨਾਂ ਵੀ ਮੈਂ 80 3 83 ਜੀ ਨੂੰ ਕਹਿੰਦੇ ਆਪਾਂ 83 ਸਕੂਲਾਂ ਦੇ ਵਿੱਚ ਮੈਂ ਸਾਡੇ ਏਰੀਏ ਦੇ ਵਿੱਚ ਨਸ਼ਿਆਂ ਦੇ ਸਬੰਧ ਵਿੱਚ ਪ੍ਰਦੂਸ਼ਣ ਦੇ ਸਬੰਧ ਵਿੱਚ ਪੜਾਕਿਆਂ ਦੇ ਸਬੰਧ ਵਿੱਚ ਦਰਖਤਾਂ ਦੇ ਸਬੰਧ ਵਿੱਚ ਲੈਕਚਰ ਦਿੰਦਾ ਰਿਹਾ ਫ੍ਰੀ ਆਫ ਕਾਸਟ ਕੋਈ ਪੈਸਾ ਨਹੀਂ ਲਿਆ ਹੋਰ ਨਸ਼ੇ ਦਾ ਮੈਂ ਡੈਮੋ ਕਰ ਕਰਕੇ ਦਿਖਾਉਂਦਾ ਰਿਹਾ ਵੀ ਤਾਂ ਕਿ ਸਾਡੀ ਜਿਹੜੀ ਛੋਟੇ ਬੱਚੇ ਨੇ ਉਹ ਨਸ਼ਾ ਕਰਨ ਲੱਗ ਜਾਣ ਅੱਛਾ ਸਮਾਂ ਬਹੁਤ ਹੋ ਗਿਆ ਜਿਵੇਂ ਤੁਸੀਂ ਦੱਸਿਆ ਕਿ ਬਹੁਤ ਗ੍ਰਾਹਕ ਵੀ ਆਉਂਦੇ ਨੇ ਲੋਕ ਜਿਹੜੇ ਤੁਹਾਡੇ ਕੋਲੇ ਆਉਂਦੇ ਨੇ ਕਿੰਨਾ ਲੱਗਦਾ ਵੀ ਹੁਣ ਜਿਹੜਾ ਚਿੱਟਾ ਕਿਹਾ ਜਾਂਦਾ ਸੀ ਇਹ ਚਿੱਟਾ ਚਿੱਟਾ ਬਹੁਤ ਭੈੜਾ ਨਸ਼ਾ ਸਿੰਥੈਟਿਕ ਨਸ਼ਾ ਜਿਹੜਾ ਕਿਹਾ ਜਾਂਦਾ ਆ ਕੈਪਟਨ ਸਰਕਾਰ ਤਾਂ ਕਹਿੰਦੀ ਵੀ ਜੜ ਤੋਂ ਖਤਮ ਕਰਤਾ ਜਿਹੜੇ ਇਹਦੀ ਕਮਰ ਤੋੜ ਦਿੱਤੀ ਗਈ ਆ ਫਿਰ ਕੀ ਅੱਜ ਦੀ ਤਰੀਕ ਦੇ ਵਿੱਚ ਵੀ ਲੋਕ ਆਉਂਦੇ ਨੇ ਦੱਸਣ ਦੀ ਲੋੜ ਨਹੀਂ ਕਿ ਕਿਹੜੇ ਪਿੰਡ ਤੋਂ ਆਉਂਦੇ ਨੇ ਪਰ ਕੀ ਅੱਜ ਦੀ ਤਰੀਕ ਦੇ ਵਿੱਚ ਆਉਂਦੇ ਨੇ ਲੋਕ ਜਿਹੜੇ ਚਿੱਟੇ ਤੋਂ ਗ੍ਰਸਤ ਹੁੰਦੇ ਨੇ ਹਾਂਜੀ ਬਿਲਕੁਲ ਆਉਂਦੇ ਨੇ ਜੀ ਹਰ ਨਸ਼ਾ ਕਰਨ ਵਾਲੇ ਲੋਕ ਮੇਰੇ ਕੋਲ ਆਉਂਦੇ ਨੇ ਗੋਲੀਆਂ ਵਾਲੇ ੁੱਕੀ ਵਾਲੇ ਅਫੀਮ ਵਾਲੇ ਚਿੱਟੇ ਵਾਲੇ ਜ਼ਿਆਦਾਤਰ ਸ਼ਰਾਬ ਵਾਲੇ ਹੂੰ ਇਹ ਸਾਰਿਆਂ ਦੇ ਨਸ਼ੇ ਜਿਹੜੇ ਇਹ ਜਿਹੜੀ ਥੋੜੀ ਦਵਾਈ ਤੁਸੀਂ ਬਣਾਈ ਗਈ ਹੈ ਇਹ ਸਾਰਿਆਂ ਦੇ ਆਰਾਮ ਬਣ ਇਲਾਜ ਕਰਦੀ ਹੈ ਆਰਾਮ ਬਣ ਇਲਾਜ ਇਸ ਤਰ੍ਹਾਂ ਕਰਦੀ ਹੈ ਜੀ ਸ਼ਰਾਬ ਵਾਲੇ ਨੂੰ ਅਸੀਂ ਕੱਲੀ ਇਸ ਤਰ੍ਹਾਂ ਦਵਾਈ ਦੇ ਦਿੰਨੇ ਆ ਹੂੰ ਜੇ ਤਾਂ ਦਵਾਈ ਤੁਸੀਂ ਸਿੱਧੀ ਦੇਣੀ ਆ ਪਾਣੀ ਚ ਪਾ ਕੇ 10-10 ਸਮੁੰਦਾਂ ਦਿਓ ਹੂੰ ਦੋ ਤਿੰਨ ਮਹੀਨੇ ਪੀਣੀ ਪੈਂਦੀ ਹੈ ਬਹੁਤ ਸਲੋ ਕੰਮ ਕਰਦੀ ਹੈ ਕਿਉਂਕਿ ਦਾ ਸਾਈਡ ਇਫੈਕਟ ਕੋਈ ਨਹੀਂ ਠੀਕ ਹੈ ਜੇ ਤੁਸੀਂ ਚੋਰੀ ਦੇਣੀ ਹੈ ਕਈ ਜਨਾਨੀਆਂ ਨੂੰ ਮਜਬੂਰੀ ਹੈ ਉਹਨਾਂ ਨੇ ਚੋਰੀ ਦਵਾਈ ਦੇਣੀ ਹੈ ਉਹ ਦਾਲ ਸਬਜ਼ੀ ਚ 10 15 15 ਬੂੰਦਾ ਪਾ ਕੇ ਦੇ ਸਕਦੇ ਹੋ ਤਿੰਨ ਚਾਰ ਮਹੀਨੇ ਪੀਉਣੀ ਪੈ ਸਕਦੀ ਹੈ ਸਾਨੂੰ ਕਹਿੰਦੇ ਕਿਉਂਕਿ ਦਵਾਈ ਸਾਡੀ ਫਰੀ ਹੈ ਭਾਈ ਲਈ ਜਾਈ ਚੱਲ ਪਿਆਈ ਚੱਲ ਲਈ ਚੱਲ ਪਿਆਈ ਚੱਲ ਉਹ ਛੜ ਦਿੰਦਾ ਔਰ ਜਿਹੜੇ ਬੰਦੇ ਮੈਡੀਕਲ ਨਸ਼ਾ ਕਰਦੇ ਨੇ ਅਸੀਂ ਕੀ ਕਰਦੇ ਆ ਉਹਨੂੰ ਪਹਿਲਾਂ ਤਾਂ ਜਿਵੇਂ ਖਸਖਸ ਕਾਲੇ ਛੋਲੇ ਬਦਾਮ ਗਿਰੀ ਮਿਸਰੀ ਕਾਲੀ ਮਿਰਚ ਇਹਦਾ ਮਿਸ਼ਰਣ ਸਾਡਾ ਲਿਖਿਆ ਹੋਇਆ ਹੈ ਉਹ ਲੇਖੀ ਚਿੱਟ ਦੇ ਦਿੰਨੇ ਵੀ ਇਹਨਾਂ ਨਾਲ ਪਾ ਕੇ ਇਹਦਾ ਪਾਊਡਰ ਬਣਾ ਕੇ ਖਾਣ ਨੂੰ ਦੇਣਾ ਵਿਟਾਮਿਨ ਬੀ ਕੰਪਲੈਕਸ ਦੇ ਨੈਰੋਵਿਨ ਦੇ ਫੋਰ ਦੇ ਇੰਜੈਕਸ਼ਨ ਲਵਾਓ ਇੱਕ ਦਿਨ ਛੱਡ ਕੇ ਇੱਕ ਦਿਨ ਜੂਸ ਦਾ ਗਲਾਸ ਇਹਨੂੰ ਰੋਜ਼ ਦਿਓ ਇੱਕ ਮਰੱਬਿਆਂ ਦੀ ਚਟਨੀ ਬਣਾਉਣੀ ਆ ਅਸੀਂ ਉਹਦੇ 6 ਮਰੱਬੇ ਪੈਂਦੇ ਆ ਉਹਦੇ ਵਿੱਚ ਚਾਂਦੀ ਦੇ ਵਰਕ ਸੋਨੇ ਦੇ ਵਰਕ ਮੋਤੀ ਪਿਸ਼ਟੀ ਪੈਂਦੀ ਉਹਨੂੰ ਲਿਖ ਦੇਣੇ ਆ ਅਸੀਂ ਉਹ ਆਪ ਕੋਈ ਨਹੀਂ ਸਾਰਾ ਕੁਝ ਦਿੰਦੇ ਇੰਜੈਕਸ਼ਨ ਅਸੀਂ ਨਹੀਂ ਦਿੰਦੇ ਪਾਊਡਰ ਅਸੀਂ ਨਹੀਂ ਦਿੰਦੇ ਅਸੀਂ ਤਾਂ ਕਲੀ ਦਵਾਈ ਦੇਣੀ ਆ ਅਸੀਂ ਇਧਰੋਂ ਤਾਂ ਇਹ ਮੰਨ ਕੇ ਉਹਦੇ ਸਰੀਰ ਦੇ ਵਿੱਚ ਪਾਵਰ ਦੇਈ ਜਾਣੀ ਆ ਉਧਰੋਂ ਉਹਦਾ ਨਸ਼ਾ ਸਲੋ 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 ਉਹਨੂੰ ਇੱਕਦਮ ਨਸ਼ਾ ਨਹੀਂ ਮਤਲਬ ਬੰਦ ਕਰਨਾ ਨਸ਼ਾ ਘਟ ਕਰਦੇ ਜਾਣਾ ਇਧਰੋਂ ਹੂੰ ਤੇ ਉਧਰੋਂ ਅਸੀਂ ਉਹ ਕਰਦੇ ਮਤਲਬ ਉਹਦਾ ਪਾਵਰ ਦੇਈ ਜਾਣੀ ਆ ਉਹਨੂੰ ਖਰਾਕ ਦੇ ਕੇ ਕਿ ਨਸ਼ਾ ਛਡਾਉਣਾ ਅੱਛਾ ਇੱਕ ਡੈਮੋਨਸਟ੍ਰੇਸ਼ਨ ਦੀ ਵੀ ਗੱਲ ਕੀਤੀ ਕਿ ਨਾਲ ਡੈਮੋ ਦੇ ਕੇ ਦਿਖਾਉਣਾ ਮੈਂ ਚਾਹਉਣਾ ਦਰਸ਼ਕਾਂ ਨੂੰ ਤੁਸੀਂ ਉਹ ਵੀ ਦਿਖਾਓ ਤਾਂ ਕਿ ਦਰਸ਼ਕ ਵੀ ਜਿਹੜਾ ਪੂਰਾ ਤਰੀਕੇ ਦੇ ਨਾਲ ਜਿਹੜਾ ਪੂਰਾ ਹੌਸਲਾ ਕਰ ਸਕਣ ਵੀ ਹਾਂ ਜਿਹੜੀ ਦਵਾਈ ਹੈ ਅਸਲ ਦੇ ਵਿੱਚ ਕੰਮ ਕਰਦੀ ਹੈ ਬਿਲਕੁਲ ਜੀ ਆ ਦੇਖੋ ਇੱਕ ਕੱਚ ਦਾ ਗਲਾਸ ਹੈ ਇਹ ਇੰਨਾ ਕੁ ਪਾਣੀ ਪਾ ਕੇ ਪੇਸ਼ੈਂਟ ਨੂੰ ਤੁਸੀਂ ਦਵਾਈ ਦੇਣੀ ਹੈ ਜਿਹੜਾ ਵੀ ਬੰਦਾ ਸਾਡੇ ਭਾਰਾ ਦਾ ਮਰੀਜ਼ ਹੈ ਇੱਕ ਹੋਰ ਗੱਲ ਹੈ ਕਿ ਅਸੀਂ ਨਸ਼ੇ ਵਾਲੇ ਬੰਦੇ ਨੂੰ ਨਫ਼ਰਤ ਨਹੀਂ ਕਰਦੇ ਅਸੀਂ ਨੂੰ ਪਿਆਰ ਨਾਲ ਸਮਝਾਉਨੇ ਆ ਲੋਕ ਨਫ਼ਰਤ ਕਰਦੇ ਆ ਨਫ਼ਰਤ ਨਹੀਂ ਕਰਨੀ ਚਾਹੀਦੀ ਸਾਡੇ ਹੀ ਪਰਿਵਾਰ ਦਾ ਇੱਕ ਸਾਡੇ ਸੰਸਾਰ ਦਾ ਇੱਕ ਹੰਗ ਨੇ ਆ ਦੇਖੋ ਪੰਜ ਸੱਤ ਕਬੂਂਦਾ ਪਾਉਣੀਆਂ ਨੇ ਇਹ ਇੰਨੀਆਂ ਕ ਪਾਤੀਆਂ ਇਹਨੂੰ ਹਲਿਆ ਲਿਆ ਇਸ ਤਰ੍ਹਾਂ ਕਰਕੇ ਪੀ ਲਿਆ ਇਹਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈ ਬਿਲਕੁਲ 1% ਵੀ ਅਸੀਂ ਲਿਖ ਕੇ ਵੀ ਦੇਣ ਨੂੰ ਤਿਆਰ ਆ ਕਿ ਇਹਦਾ ਕੋਈ ਸਾਈਡ ਇਫੈਕਟ ਹੋਵੇ ਅਗਲੀ ਗੱਲ ਜਿਹੜਾ ਮੈਂ ਤੁਹਾਨੂੰ ਡੈਮੋ ਦੀ ਕਰ ਦੱਸ ਰਿਹਾ ਸੀ ਮੈਂ ਡੈਮੋ ਕਰਕੇ ਤੁਹਾਨੂੰ ਦਿਖਾ ਦਿੰਨਾ ਇਹ ਆ ਪਾਣੀ ਪਾਇਆ ਸੀ ਇਹਦੇ ਵਿੱਚ ਇਹਨਾਂ ਹੂੰ ਇਹਨੂੰ ਅਸੀਂ ਬੀਟਾ ਡੀਨ ਜਾਂ ਟੈਂਚਰਾ ਡੀਨ ਵੀ ਕਹਿੰਦੇ ਆ ਜਿਹੜੀ ਡਾਕਟਰ ਕੋਲੋਂ ਮਿਲਦੀ ਹੈ ਹੂੰ ਇਹ ਉਹ ਚੀਜ਼ ਹੈ ਜਿਹੜੀ ਡਾਕਟਰ ਜ਼ਖਮ ਸਾਫ਼ ਕਰਨ ਵਾਸਤੇ ਵਰਤਦੇ ਆ ਇਹਦਾ ਦਾਗ ਕਿਸੇ ਵੀ ਚੀਜ਼ ਤੋਂ ਨਹੀਂ ਬਿਲਕੁਲ ਲੈਂਦਾ ਹੂੰ ਇਹਨੂੰ ਇਹ ਕਿਸੇ ਚੀਜ਼ ਨਾਲ ਇਹਨੂੰ ਕੱਪੜੇ ਦੇ ਨੂੰ ਲੱਗ ਜਵੇ ਇਹਦਾ ਦਾਗ ਨਹੀਂ ਬਿਲਕੁਲ ਉਤਰਦਾ ਪਰ ਆਹ ਦਵਾਈ ਦੇਖੋ ਇਸ ਤਰ੍ਹਾਂ ਕਰਕੇ ਜਦੋਂ ਮੰਨ ਲਓ ਇਹ ਪੈਗ ਅੰਦਰ ਚਲੇ ਗਿਆ ਤਾਂ ਉਸੇ ਅੰਦਰ ਇਹ ਦਵਾਈ ਚਲੀ ਗਈ ਤਾਂ ਇਹ ਆ ਕੰਮ ਕਰਦੀ ਹੈ ਬਿਲਕੁਲ ਉਹਨੇ ਬਾਸ਼ ਕਰਕੇ ਰੱਖਤਾ ਜਿਹੜੇ ਸਾਰੇ ਉਹਦੇ ਜਰਾਸੀਮ ਨੇ ਉਹਨੇ ਮਾਰ ਕੇ ਰੱਖ ਦਿੱਤੇ ਪਰ ਇਹ ਬਹੁਤ ਸਲੋ ਕੰਮ ਕਰਦੀ ਇਹਦਾ ਸਾਈਡ ਇਫੈਕਟ ਕੋਈ ਨਹੀਂ ਹੈ ਇਹ ਕਿੰਨਾ ਕਿੰਨਾ ਸਮਾਂ ਲੈਣੀ ਪੈਂਦੀ ਇੱਕ ਮਰੀਜ਼ ਨੂੰ ਮੰਨ ਲਓ ਇੱਕ ਮਰੀਜ਼ ਜਿਹੜਾ ਉਹ ਬਹੁਤ ਜ਼ਿਆਦਾ ਜਿਹੜਾ दारू ਪੀਂਦਾ ਆ ਐਲਕੋਹਲ ਜਿਹੜਾ ਬਹੁਤ ਜ਼ਿਆਦਾ ਲੈਂਦਾ ਆ ਤਕਰੀਬਨ ਕਿੰਨਾ ਕੁ ਸਮਾਂ ਜਿਹੜੀ ਇਹ ਦਵਾਈ ਲੈਣੀ ਪੈਂਦੀ ਹੈ ਇਹ ਘੱਟ ਤੋਂ ਘੱਟ 2 ਮਹੀਨੇ ਜ਼ਿਆਦਾ ਤੋਂ ਜ਼ਿਆਦਾ 4 ਮਹੀਨੇ ਅਸੀਂ ਇਹਨੂੰ ਪੈਕਿੰਗ ਕਰਕੇ ਰੱਖਦੇ ਆ ਜੀ ਵਿੱਚ ਪਰਚੀ ਪਾਈ ਹੋਈ ਹੈ ਵੀ ਦਵਾਈ ਲੈਣੀ ਕਿਵੇਂ ਆ ਕਿਉਂ ਦਵਾਈ ਫ੍ਰੀ ਦਿੰਨੇ ਆ ਕਿੱਥੇ ਮਿਲਦੀ ਹੈ ਦਵਾਈ ਪੂਰਾ ਐਡਰੈਸ ਅਗਲੀ ਬੇਨਤੀ ਇਹ ਵੀ ਹੈ ਕਿ ਸਾਡੀ ਕੋ ਬਹੁਤ ਬੰਦਿਆਂ ਨੇ ਨਕਲ ਕਰਕੇ ਸਾਤੋਂ ਦਵਾਈ ਫਰੀ ਲਿਆ ਕੇ ਅੱਗੇ ਵੇਚੀ ਮੈਂ ਪਹਿਲਾਂ ਵੀ ਇਹ ਦੱਸਿਆ ਹੋਇਆ ਹੂੰ ਇਸ ਕਰਕੇ ਅਸੀਂ ਜਿਹੜੀ ਦਵਾਈ ਆ ਉਹ ਦਵਾਈ ਆ ਜਿਹੜੀ ਉਹ ਅਸੀਂ ਸਾਡਾ ਕੋਈ ਬੰਦਾ ਜਾ ਕੇ ਨਹੀਂ ਦੇਖ ਕੇ ਆਉਂਦਾ ਅਸੀਂ ਇਹ ਦਵਾਈ ਨੂੰ ਵੇਚਦੇ ਨਹੀਂ ਹਾਂ ਇੱਕ ਗੱਲ ਜ਼ਰੂਰ ਹੈ ਕਈ ਲੇਡੀਜ਼ ਹੂੰ ਮਤਲਬ ਆ ਨਹੀਂ ਸਕਦੀਆਂ ਸਾਡੇ ਕੋਲੇ ਜਾਂ ਇਹ ਕਹਿ ਲਓ ਫੋਰਨ ਕੰਟਰੀ ਚ ਸਾਡੇ ਪੰਜਾਬੀ ਭਰਾ ਵੱਸਦੇ ਨੇ ਹੂੰ ਉਹਨਾਂ ਵਾਸਤੇ ਸੀ ਇਹ ਦਵਾਈ ਕੋਰੀਅਰ ਜਰੂਰ ਕਰ ਦਿੰਨੇ ਹਾਂ ਅੱਛਾ ਇਹ ਤੁਸੀਂ ਦਵਾਈ ਜਿਹੜੀ ਆ ਬਾਹਰ ਵਿਦੇਸ਼ਾਂ ਦੇ ਵਿੱਚ ਵੀ ਭੇਜਦੇ ਆਂ ਜੀ ਬਾਹਰ ਵੀ ਮੰਗਾਉਂਦੇ ਨੇ ਲੋਗ ਜ ਬਹੁਤ ਜ਼ਿਆਦਾ ਜੀ ਬਹੁਤ ਮੰਗਾਉਂਦੇ ਨੇ ਬਾਹਰ ਵੀ ਇਹੀ ਕੁਛ ਐ ਕੈਨੇਡਾ ਅਮਰੀਕਾ ਇੰਗਲੈਂਡ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਈ ਨਵੇਂ ਨਵੇਂ ਨਾਅ ਆਉਂਦੇ ਨੇ ਸਾਡੇ ਕੋਲੇ ਦੇਸ਼ਾਂ ਦੇ ਜਿਵੇਂ ਜੌਰਜੀਆ ਮੈਂ ਸੁਣਿਆ ਨਹੀਂ ਸੀ ਕਿਤੇ ਹਮਮ ਹੋਰ ਬਹੁਤ ਸਾਰੇ ਯਾਨੀ ਤਕਰੀਬਨ ਜਿੰਨੇ ਮਰਜ਼ੀ ਦੇਸ਼ ਤੁਸੀਂ ਗਿਣੀ ਚਲੋ ਸਾਰੇ ਦੇਸ਼ਾਂ ਦੇ ਵਿੱਚੋਂ ਪਾਕਿਸਤਾਨ ਨੂੰ ਸਾਡਾ ਕੋਰੀਅਰ ਨਹੀਂ ਹੋ ਰਿਹਾ ਦੁੱਖ ਦੀ ਗੱਲ ਇਹ ਆ ਪਾਕਿਸਤਾਨ ਤੋਂ ਬਹੁਤ ਫੋਨ ਆਉਂਦੇ ਆ ਵੀ ਸਾਡੇ ਨਸ਼ਾ ਸਾਡੇ ਸ਼ਰਾਬ ਪੀਤੀ ਜਾਂਦੀ ਹੈ ਜਾਂ ਅਫੀਮ ਖਾ ਰਹੇ ਨੇ ਜਾਂ ਚਿੱਟਾ ਵਰਤਿਆ ਜਾ ਰਿਹਾ ਹੈ ਹੀਰੋਇਨ ਵਰਤੀ ਜਾ ਰਹੀ ਹੈ ਵੀ ਸਾਨੂੰ ਦਵਾਈ ਕਿਵੇਂ ਮਿਲੂਗੀ ਉਹ ਉੱਥੇ ਨੂੰ ਕੋਰੀਅਰ ਨਹੀਂ ਜਾ ਰਿਹਾ ਕਿਉਂਕਿ ਸਾਡੇ ਦੋਨੇ ਮੋਲਖਾਂ ਦੀ ਸੰਧੀ ਨਹੀਂ ਹੈ ਅੱਛਾ ਜਿਹੜੀ ਤੁਸੀਂ ਦਵਾਈ ਦਾ ਡੈਮੋਨਸਟ੍ਰੇਸ਼ਨ ਕਰਕੇ ਦਿਖਾਇਆ ਡੈਮੋ ਦਿਖਾਇਆ ਆ ਇਹ दारूਾਂ ਵਾਲੇ ਵਾਸਤੇ ਆ ਤੇ ਜਿਹੜੀ ਚਿੱਟੇ ਜਿਹੜਾ ਤੁਸੀਂ ਕਹ ਰਹੇ ਜਿਹੜੇ ਹੋਰ ਨਸ਼ੇ ਜਿਹੜੇ ਕਰ ਰਹੇ ਨੇ ਪੁੱਕੀ ਫੀਮ ਜਿਹੜੇ ਹੋਰ ਨਸ਼ੇ ਕਹਿੰਦੇ ਆ ਨਾ ਉਹਨਾਂ ਨੂੰ ਛਡਾਉਣ ਵਾਸਤੇ ਵੀ ਇਹੀ ਇਹੀ ਦਵਾਈ ਵਰਤੀ ਜਾਂਦੀ ਹੈ ਉਹ ਦਵਾਈ ਹੋਰ ਹੈ ਦਵਾਈ ਸੇਮ ਹੈ ਜੀ ਦਵਾਈ ਦਾ ਕੰਮ ਜਿਹੜੇ ਅੰਦਰ ਸਾਡੇ ਜਰਾਸੀਮ ਨੇ ਉਹਨਾਂ ਨੂੰ ਮਾਰਨਾ ਜਿਹੜੇ ਨਸ਼ਾ ਮੰਗਦੇ ਨੇ ਨਸ਼ਾ ਤਾਂ ਨਸ਼ਾ ਹੈ ਨਾ ਚਾਹੇ ਉਹ ਗੋਲੀ ਦਾ ਫੀਮ ਦਾ ਭੁੱਕੀ ਦਾ ਸ਼ਰਾਬ ਦਾ ਨਸ਼ਾ ਤਾਂ ਨਸ਼ਾ ਹੀ ਹੈ ਇਸ ਕਰਕੇ ਇਹਨੇ ਜਰਾਸੀ ਮਾਰਨੇ ਨੇ ਮੈਡੀਕਲ ਵਾਲਿਆਂ ਨੂੰ ਅਸੀਂ ਪਾਵਰ ਦੇ ਦਿੰਨੇ ਆ ਜਾਨੀ ਟੀਕੇ ਲਈ ਦਿੱਤੇ ਜੂਸ ਕਹਦਾ ਪੀਣਾ ਔਰ ਖਸਖਸ ਬਦਾਮਾਂ ਦਾ ਪਾਊਡਰ ਦਿੱਤਾ ਦੂਸਰੀ ਗੱਲ ਉਹਨੂੰ ਅਸੀਂ ਦੀ ਕਾਉਂਸਲਿੰਗ ਕਰਕੇ ਸਮਝਾਉਨੇ ਆ ਕਿ ਤੇਰੇ ਦਿਮਾਗ ਦੇ ਵਿੱਚ ਇਹ ਗੱਲ ਹੈ ਕਿ ਜੇ ਮੈਂ ਨਸ਼ਾ ਛੱਡਦਾ ਮੇਰੀ ਤਾਂ ਸਾਈਡ ਖੜ ਜੂ ਮੈਨੂੰ ਅਟੈਕ ਹੋ ਜੂ ਮੇਰੀ ਮਰਦਾਨਾ ਕਮਜ਼ੋਰੀ ਚਲੀ ਜੂ ਉਹਦੇ ਦਿਮਾਗ ਤੋਂ ਉੱਤੇ ਬਰਕਾ ਪਾੜ ਦਿਆਂ ਪਹਿਲਾਂ अच्छा काउंसलिंग ਕਰਕੇ ਸਮਝਾਉਨੇ ਆ ਔਰ ਉਹਨੂੰ ਸੰਤੁਸ਼ਟ ਕਰੇ ਹੋਗੇ ਜਾਂਦਾ ਮੇਰੇ ਕੋਲ ਅੱਛਾ 6 ਸਾਲ ਹੋ ਗਏ ਆ ਕਿ ਮਨ ਦੇ ਵਿੱਚ ਇਹ ਨਹੀਂ ਆਇਆ ਕਿ ਜਿਵੇਂ ਬਹੁਤ ਲੋਕ ਆਉਂਦੇ ਨੇ ਤੁਹਾਡੇ ਕੋਲੇ ਵੀ ਹੁਣ ਚਲ ਥੋੜੀ ਜੀ ਫੀਸ ਲੈਣ ਲੱਗ ਜੇ ਕੋਈ ਮਨ ਦੇ ਵਿੱਚ ਲਾਲਚ ਤਾਂ ਨਹੀਂ ਆਇਆ ਕਦੇ 1% ਵੀ ਨਹੀਂ ਜੈ ਉਹ ਵਾਹਿਗੁਰੂ ਦੀ ਬੜੀ ਕਿਰਪਾ ਹੈ ਹੁਣ ਸੋਨੂੰ ਮੈਂ ਵੀ ਦੱਸ ਦਿਆਂ ਇਹ ਦਵਾਈ ਦੇ ਕੇ ਮੈਨੂੰ ਇੰਨਾ ਸਕੂਨ ਮਿਲਦਾ ਹੈ ਬੇहद ਜਿਆਦਾ ਕਿਉਂਕਿ ਇਹਦੇ ਵਿੱਚ ਮੈਂ ਉਹਨਾਂ ਅਫਸਰਾਂ ਦੇ ਬੜਿਆਂ ਦੇ ਨਾਂ ਨਹੀਂ ਲੈਂਦਾ ਮਤਲਬ ਕਿ ਫਿਰ ਉਹਦੇ ਵਿੱਚ ਵੇਝਤੀ ਜੀ ਹੋ ਜਾਂਦੀ ਹੈ ਉਹਨਾਂ ਦੇ ਆਪਣੇ ਬੱਚੇ ਜਾਂ ਉਹਨਾਂ ਦੇ ਰਿਸ਼ਤੇਦਾਰ ਨਸ਼ਾ ਕਰਨ ਲੱਗ ਜਾਂਦਾ ਉਹ ਮੇਰੇ ਕੋਲੇ ਲੈ ਕੇ ਆਉਂਦੇ ਆ ਜਦੋਂ 10 ਵੱਡੇ ਅਫਸਰ ਦੇ ਵੀ ਜਿਹੜੇ ਉਹਨਾਂ ਦੇ ਬੱਚੇ ਵੀ ਆ ਕੇ ਨਸ਼ਾ ਕਰਦੇ ਨੇ ਉਹ ਤੁਹਾਡੇ ਕੋਲੇ ਆਉਂਦੇ ਨੇ ਹੁਣ ਮੈਂ ਨਾ ਨਹੀਂ ਲੈ ਸਕਦਾ ਜੀ ਦੇਖੋ ਤੁਹਾਡੇ ਚੈਨਲ ਨੇ ਦੂਰ ਤੱਕ ਗੱਲ ਜਾਣੀ ਆ ਕਈ ਵਾਰ ਮੇਰੇ ਕੋਲੇ ਉਹ ਰੋਪੇ ਜਦੋਂ ਮੈਂ ਦੱਸਿਆ ਵੀ ਮੇਰਾ ਆ ਰੈਂਕ ਹੈ ਮੈਨੂੰ ਬੜਾ ਦੁੱਖ ਹੋਇਆ ਮਾਹ ਜੀ ਤੁਸੀਂ ਫੇਰ ਇਸ ਲਾਈਨ ਤੇ ਉਹ ਰੋਪਿਆ ਵਿਚਾਰਾ ਕਹਿੰਦਾ ਜੀ ਇਸ ਤਰ੍ਹਾਂ ਕਰਕੇ ਕਰ ਐਸੇ ਵੀ ਕੇਸ ਆਏ ਨੇ ਵੀ ਮੇਰੇ ਕੋਲੇ ਦੋ ਜਨਾਨੀ ਆਈਆਂ ਸੱਸ ਨੂੰ ਉਹਦੇ ਹਸਬੈਂਡ ਦੀ ਡੈਥ ਹੋਈ ਹੋਈ ਸੀ ਨਸ਼ੇ ਦੇ ਜ਼ਰੀਏ ਉਸ ਤੋਂ ਬਾਅਦ ਹੂੰ ਉਹਦਾ ਸੀ ਜਿਹੜਾ ਵੱਡਾ ਮੁੰਡਾ ਉਹ ਵੀ ਨਸ਼ਾ ਕਰਕੇ ਮਰ ਗਿਆ ਹੂੰ ਉਦੋਂ ਛੋਟਾ ਮੁੰਡਾ ਉਹ ਵੀ ਟੀਕੇ ਲਾਉਣ ਲੱਗ ਗਿਆ ਹੂੰ ਸੱਸ ਨੂੰ ਦੋਨੇ ਵਿਧਵਾ ਜ਼ਮੀਨ ਸਾਰੀ ਵੇਚ ਗਈ ਉਹ ਕਹਿੰਦੀ ਸੀ ਦੋਨੇ ਸੱਸ ਨੂੰ 200 ਰੁਪਏ ਦਿਹਾੜੀ ਤੇ 62 ਵਿੱਗਿਆਂ ਦੀ ਮਾਲਕਣ ਖੀਰੇ ਤੋੜਨ ਜਾ ਰਹੀਆਂ ਇਹ ਸਾਡੇ ਪੰਜਾਬ ਦਾ ਹਾਲ ਹੈ ਜੀ ਹੂੰ ਕਹਿ ਦੇਣਾ ਸਖਾਲਾ ਜਿਹਦੇ 62 ਵਿੱਗੇ ਜ਼ਮੀਨ ਹੋਵੇ ਘਰੇ ਮੈਸਾਂ ਰੱਖਿਆ ਹੋਣ ਔਰ ਉਹ ਦਿਹਾੜੀ ਜਾ ਉਹਦਾ ਕਿ ਦਿਲ ਤੇ ਕੀ ਵੀਦਦੀ ਉਹਤੇ ਜਾ ਜਿਹੜੇ ਬੰਦੇ ਨੇ ਪੀ ਐਚ ਡੀ ਕਰ ਲਈ ਡਬਲ ਐਮ ਇੰਗਲਿਸ਼ ਤੇ ਕਰ ਲਈ ਉਹਨੂੰ ਨੌਕਰੀ ਨਹੀਂ ਮਿਲੀ ਉਹਦੇ ਦਿਲ ਤੇ ਕੀ ਵੀਰਦੀ ਹੈ ਹੂੰ ਉਹ ਨਸ਼ਾ ਕਰਨ ਲੱਗ ਜਾਂਦਾ ਕੀ ਲੱਗਦਾ ਡਾਕਟਰ ਸਾਹਿਬ ਮੈਂ ਤੁਹਾਡੇ ਨਾਲ ਆਖਰੀ ਸਵਾਲ ਮੇਰਾ ਇਹ ਹੋਊਗਾ ਕਿ ਬਹੁਤ ਵੱਡਾ ਇੱਕ ਜਾਲ ਜਿਹੜਾ ਬਣਿਆ ਹੋਇਆ ਸੀਗਾ ਦਲਦਲ ਜਿਹੜਾ ਸੀ ਨਸ਼ਿਆਂ ਦਾ ਜਿਸ ਨੂੰ ਅਕਸਰ ਆਪਾਂ ਕਹਿੰਦੇ ਸੀ ਕਿ ਪੰਜਾਬ ਜਿਹੜਾ ਸੋਨੇ ਦੀ ਚਿੜੀ ਸੀਗਾ ਉਹ ਨਸ਼ੇ ਦੀ ਚਿੜੀ ਹੁਣ ਜਿਹੜਾ ਬਣ ਚੁੱਕਾ ਸੀਗਾ ਬਹੁਤ ਲੋਕ ਜਿਹੜੇ ਇਸ ਚੀਜ਼ ਤੇ ਟਿੱਪਣੀ ਵੀ ਕਰਦੇ ਸੀ ਬਾਲੀਵੁੱਡ ਦੇ ਵਿੱਚ ਵੱਡੇ-ਵੱਡੇ ਫਿਲਮਾਂ ਬੜੀਆਂ ਜਿਹੜੀਆਂ ਦਰਸਾਉਂਦੀ ਸੀਗੀ ਉੜਤਾ ਪੰਜਾਬ ਵਰਗੀਆਂ ਫਿਲਮਾਂ ਜਿਹੜੀਆਂ ਪੰਜਾਬ ਨੂੰ ਪੰਜਾਬ ਦੇ ਯੂਥ ਨੂੰ ਖਾਸ ਕਰਕੇ ਕੰਨੇ ਛੇੜ ਹੀ ਦਿਖਾਉਂਦੀਆਂ ਸੀਗੀਆਂ ਕਿ ਇਸ ਦਲਦਲ ਦੇ ਵਿੱਚੋਂ ਨਿਕਲਣਾ ਸੰਭਵ ਹੈ ਕਿ ਪੂਰਨ ਤੌਰ ਤੇ ਜਿਹੜਾ ਪੰਜਾਬ ਹੈ ਉਹ ਨਸ਼ਾ ਮੁਕਤ ਹੋ ਸਕਦਾ ਦੇਖੋ ਜੀ ਹੋਣ ਨੂੰ ਕੀ ਨਹੀਂ ਹੁੰਦਾ ਸਭ ਕੁਝ ਹੋ ਸਕਦਾ ਜੇ ਕਰਨਾ ਹੋਵੇ ਜੇ ਆਪਾਂ ਇੱਕ ਆਮ ਕਹਾਤਾ ਕਹਿੰਦਾ ਜੇ ਦਿਲ ਵਿੱਚ ਹੋਵੇ ਪਿਆਰ ਹੋਣ ਨੂੰ ਕੀ ਨਹੀਂ ਹੁੰਦਾ ਸਾਉ ਕੁਛ ਬੰਦਾ ਕਰ ਸਕਦਾ ਨਾ ਇਹ ਹੂੰ ਇਸ ਕਰਕੇ ਮੈਂ ਤਾਂ ਇਹ ਵੀ ਹੋਰ ਸੁਣ ਲਓ ਮੇਰੇ ਕਿੰਨੇ ਵੀ ਦਰਸ਼ਕਾਂ ਨੂੰ ਜਿੰਨੇ ਸਰੋਤੇ ਸੁਣਦੇ ਨੇ ਬੇਨਤੀ ਆ ਆਪਣੇ ਪਿੰਡ ਚ ਆਪਣੇ ਸ਼ਹਿਰ ਚ ਮੇਰੇ ਤੋਂ ਕੈਂਪ ਲਵਾਓ ਫ੍ਰੀ ਹੈ ਔਰ ਮੈਂ ਕੈਂਪ ਲਾ ਕੇ ਵੀ ਆਇਆ ਹੂੰ ਖੰਨੇ ਕੈਂਪ ਲਾਇਆ ਹੂੰ ਖਰੜ ਕੈਂਪ ਲਾਇਆ ਹੂੰ ਇਧਰ ਕਰਮਗੜ੍ਹ ਕੈਂਪ ਲਾਇਆ ਹੂੰ ਅ ਖੰਨੇ ਦੇ ਕੋਲੇ ਪਿੰਡ ਹੈ ਦਹੇੜੂ ਉਥੇ ਐਨ ਆਰ ਆਈ ਬੰਦ ਸਿੰਘ ਨੇ ਕੈਂਪ ਲਵਾਇਆ ਹਰਮੀਤ ਸਿੰਘ ਔਜਲਾ ਉਹਨੇ ਕੈਂਪ ਲਵਾਇਆ ਇੱਥੇ ਆਪਣੇ ਇਕੋਲਾਹਾ ਹੂੰ ਇਕਲਾ ਸਾ ਜੀ ਖੰਨੇ ਦੇ ਨਾਲ ਹੈ ਜੀ ਕਾਂਝਲਾ ਬਹੁਤ ਮਸ਼ਹੂਰ ਪਿੰਡਾ ਜਿਸ ਦਾ ਸਰਦਾਰ ਗੋਬਿੰਦ ਸਿੰਘ ਕਾਂਵੜਾ ਕੈबिनेट ਮੰਤਰੀ ਹੋਇਆ ਉਸ ਪਿੰਡ ਦੇ ਵਿੱਚ ਕੈਂਪ ਲਵਾਇਆ ਮੈਂ ਕਹਿੰਦਾ ਮੈਨੂੰ ਬਲਾਓ ਮੈਂ ਉੱਥੇ ਕੈਂਪ ਲਾਉ ਮੈਂ ਤਾਂ ਇਹ ਸੋਚ ਕੇ ਚੱਲੇ ਹੋ ਜੀ ਦੋਸਤੋ ਮੈਨੂੰ ਪ੍ਰਮਾਤਮਾ ਨੇ ਜਿਵੇਂ ਉਹ ਸਰਤਾਜ ਦਾ ਗੀਤ ਹੈ ਵੀ ਮੈਂ ਭੁੱਲ ਗਿਆ ਕਹਿੰਦਾ ਕਿ ਸ਼ੁਕਰ ਮਨਾਈਏ ਪਤਾ ਨਹੀਂ ਦਾਤਾ ਨੇ ਇਹ ਦਿੱਤਾ ਸਾਨੂੰ ਪਤਾ ਨਹੀਂ ਹੱਥ ਬੰਡੀਆਂ ਐ ਜੀ ਗੀਤ ਮੇਰੇ ਯਾਦ ਨਹੀਂ ਆ ਕਿਉਂਕਿ ਨਾ ਮੈਂ ਟੀਵੀ ਦੇਖਣ ਦਾ ਮੇਰੇ ਕੋਲ ਮੌਕਾ ਹੁੰਦਾ ਨਾ ਹੀ ਮੇਰੇ ਕੋਲ ਗੀਤ ਸੁਣਨ ਦਾ ਮੌਕਾ ਹੁੰਦਾ ਸਮਝੋ ਜੇ ਦਾਤਾ ਨੇ ਸਿਖਾਲੇ ਕਰਤੇ ਹੂੰ ਲੋਕ ਹੋਰਾਂ ਦੀ ਜੇ ਮਦਦ ਕਰੀਏ ਪਤਾ ਨਹੀਂ ਸਮਝੋ ਤਾਂ ਦਾਤਾ ਨੇ ਸਕਾਲੇ ਕਰਤੇ ਇਸ ਤਰ੍ਹਾਂ ਦਾ ਗੀਤ ਹੈ ਕੋਈ ਮੈਂ ਸੋਚਦਾ ਕਿ ਮੈਂ ਆਪਣੇ ਬੱਚੇ ਵਿਆਹ ਤੇ ਜੀ ਮੈਂ ਆਪਣੀ ਲਾਈਫ ਤੋਂ ਸੰਤੁਸ਼ਟ ਹਾਂ ਮੇਰਾ ਇੱਕ ਸਾਦਾ ਜਿਹਾ ਘਰਾ ਛੋਟਾ ਜਿਹਾ ਐਮ ਸੈਂਪਲ ਦੇਖੋ ਐਸੀ ਦਾ ਕੋਈ ਅੰਤ ਹੈ ਨਹੀਂ ਪਰ ਮੈਂ ਆਪਣੀ ਜ਼ਿੰਦਗੀ ਤੋਂ ਸੰਤੁਸ਼ਟ ਹਾਂ ਮੇਰੇ ਦੋ ਬੇਟੀਆਂ ਨੇ ਦੋਨੇ ਬੇਟੀਆਂ ਮੇਰੀਆਂ ਬੇਟਿਆਂ ਵਰਗੀਆਂ ਨੇ ਦੋਨੇ ਵਿਆਹੀਆਂ ਹੋਈਆਂ ਨੇ ਉਹਨਾਂ ਵੱਲੋਂ ਮੈਂ 100% ਸੰਤੁਸ਼ਟ ਹਾਂ ਔਰ ਮੈਨੂੰ ਹੱਲਾਸ਼ੀਰੀ ਬਹੁਤ ਦਿੰਦੀਆਂ ਨੇ ਉਹ ਅੱਛਾ ਹੁਣ ਇੱਕ ਬਹੁਤ ਲੰਬਾ ਸਮਾਂ ਤੁਸੀਂ ਇਸ ਫੀਲਡ ਦੇ ਵਿੱਚ ਆਏ ਹੋ ਇੱਕ ਬਹੁਤ ਪੁੰਨ ਵਾਲਾ ਕੰਮ ਕਰਿਆ ਸਮੇਂ ਇਨਸਾਨੀਅਤ ਦੇ ਤੱਕ ਤੁਸੀਂ ਕੰਮ ਕਰ ਰਹੇ ਹੋ ਜਿਹੜਾ ਨਸ਼ਾ ਜਿਹੜਾ ਛਡਾਊ ਕੇਂਦਰ ਜਿਹੜੇ ਹੁੰਦੇ ਨੇ ਤੁਸੀਂ ਉਹ ਤਾਂ ਪੈਸੇ ਲੈ ਕੇ ਦਿੰਦੇ ਤੁਸੀਂ ਫ੍ਰੀ ਦੇ ਵਿੱਚ ਜਿਹੜਾ ਉਹੀ ਕੰਮ ਜਿਹੜਾ ਆ ਤੁਸੀਂ ਘਰ ਬੈਠੇ ਕਰ ਰਹੇ ਹੋ ਤੁਹਾਡੇ ਕੋਲ ਲੋਕ ਵੀ ਆਉਂਦੇ ਨੇ ਕੀ ਲੱਗਦਾ ਵੀ ਜਿਹੜੀ ਸ਼ੁਰੂਆਤ ਕੀਤੀ ਗਈ ਸੀ 2015 ਦੇ ਵਿੱਚ ਆਪਣੇ ਭਰਾ ਦੀ ਮੈਂ ਕਹਣਾ ਜੀ ਮੈਂ ਜਦੋਂ ਉਹ ਮੇਰੇ ਦਫ਼ਤਰ ਦੇ ਵਿੱਚ ਉਹਦੀ ਫੋਟੋ ਲੱਗੀ ਹੈ ਮੈਂ ਜਦੋਂ ਕਿਸੇ ਨਸ਼ੇ ਵਾਲੇ ਬੰਦੇ ਨੂੰ ਸਮਝਾਉਣਾ ਵੀ ਮਿੱਤਰ ਇੱਕ ਗੱਲ ਸਮਝ ਲੈ ਇਹ ਪੈਨ 10 ਰੁਪਏ ਦਾ ਮੁੱਲ ਮਿਲ ਜਾਊਗਾ ਇਹ ਐਨਕ ਹੈ 800 ਰੁਪਏ ਦੀ ਮੁੱਲ ਮਿਲ ਜੂਗੀ ਹੂੰ ਪਰ ਆ ਤੂੰ ਮੁੱਲ ਨਹੀਂ ਮਿਲਣਾ ਕਰਦਿਆਂ ਨੂੰ ਚਾਹੇ ਕਰੋੜ ਰੁਪਏ ਪਾ ਕੇ ਝੋਲੇ ਚਲੇ ਜਾਣਾ ਮੇਰਾ ਭਰਾ ਹੈ ਉਹ ਟੰਗਤਾ ਤੇ ਤੈਨੂੰ ਵੀ ਕਰਦੇ ਐਂ ਟੰਗ ਦੇਣਗੇ ਜੇ ਤਾ ਨਸ਼ਾ ਨਾ ਛੱਡਿਆ ਦੁਨੀਆ ਦੀ ਹਰ ਚੀਜ਼ ਮੁੱਲ ਮਿਲ ਜਾਂਦੀ ਹੈ ਪਰ ਮਨੁੱਖਾ ਦੀ ਹੀ ਮੁੱਲ ਨਹੀਂ ਮਿਲਣੀ ਮੇਰੀ ਕਾਉਂਸਲਿੰਗ ਇੰਨੀ ਵਧੀਆ ਜੇ 15 ਮਿੰਟ ਮੇਰੇ ਨਾਲ ਬੰਦਾ ਬੰਦ ਕਮਰੇ ਚ ਗੱਲ ਕਰ ਲਵੇ ਤਾਂ ਵਾਕਈ ਕਹਿੰਦਾ ਵੀ ਜੇ ਮੈਂ ਅੱਜ ਤੋਂ ਬਾਅਦ ਇੱਕ ਦੋ ਤਿੰਨ ਮਹੀਨਾ ਨਸ਼ਾ ਨਹੀਂ ਕਰਦਾ ਹੂੰ ਔਰ ਕਈ ਬੰਦਿਆਂ ਨੇ ਮੇਰੇ ਸਾਹਮਣੇ ਇੱਥੇ ਆ ਕੇ ਮਤਲਬ ਗੱਡੀ ਚ ਬੋਤਲ ਲੈ ਆਏ ਸੀ ਮੁਸ਼ਕਲਾਂ ਹੀ ਬਹੁਤ ਆਉਂਦੀਆਂ ਨੇ ਸਾਨੂੰ ਹੂੰ ਕਈ ਵਾਰ ਗੱਡੀ ਚ ਕਿਸੇ ਨੂੰ ਸੰਗਲਵਾ ਕੇ ਲੈ ਆਉਂਦੇ ਨੇ ਕਿਸੇ ਨੂੰ ਨੂੜ ਕੇ ਲੈ ਆਉਂਦੇ ਨੇ ਉਹ ਵਿੱਚ ਹੀ ਬਾਥਰੂਮ ਕਰੀ ਪਿਆ ਹੂੰ ਉਹਦਾ ਬਾਥਰੂਮ ਵਿੱਚ ਹੀ ਕਰਿਆ ਪਿਆ ਹੂੰ ਉਹ ਆ ਕੇ ਦਫ਼ਤਰ ਜੇ ਕਹਿੰਦੇ ਜੋ ਗੱਡੀ ਚ ਪਿਆ ਉਹਨੂੰ ਉੱਥੇ ਹੀ ਦਵਾਈ ਦੇ ਕੇ ਆਉਂ ਔਰ ਕਈ ਵਾਰ ਐਸਾ ਵੀ ਹੋਇਆ ਦਫ਼ਤਰ ਉਹਨੂੰ ਦਫ਼ਤਰ ਦੇ ਵਿੱਚ ਮੇਰੇ ਉਹਦੇ ਉਹਦੀ ਘਰ ਵਾਲੀ ਉਹਦੀ ਭੈਣ ਉਹਦੀ ਮਾਂ ਮੇਰੇ ਕੋਲੇ ਲੈ ਆਈ ਉੱਥੇ ਗਾਲਾਂ ਕੱਢਣ ਲੱਗਿਆ ਮਾਵਾ ਭੈਣਾਂ ਦੀਆਂ ਆਪਦੇ ਘਰ ਵਾਲੀ ਨੂੰ ਆਪਦੀ ਮਾਂ ਨੂੰ ਆਪਦੀ ਭੈਣ ਨੂੰ ਵਿਚੀ ਮੈਨੂੰ ਕਢੀ ਗਿਆ ਆਪਾਂ ਬੋਰਾ ਨਹੀਂ ਮਨਾਇਆ ਸ਼ੁਕਰ ਮਨਾਇਆ ਵੀ ਕੋਈ ਗੱਲ ਨਹੀਂ ਕੱਢ ਲੈਣ ਦੇ ਇਹ ਹੁਣ ਸਾਇੰਸ ਵਿੱਚ ਨਹੀਂ ਹੈ ਔਰ ਉਹ ਬੰਦਾ ਉੱਛੜ ਗਿਆ ਉੱਥੇ ਪਤਾ ਨਹੀਂ ਕੀ ਕੁਝ ਖਾ ਕੇ ਆਇਆ ਸੀ ਅਸੀਂ ਪਾਣੀ ਨਾਲ ਸਫਾਈ ਕੀਤੀ ਫਰਨਲ ਡੋਲੀ ਔਰ ਗੁਲਾਬ ਜਲ ਸ਼ਾਮ ਨੂੰ ਮੇਰਾ ਮਨ ਦੁਖੀ ਹੋਇਆ ਵੱਲੇ ਜੀ ਵੀ ਯਾਰ ਕੀ ਹੋ ਰਿਹਾ ਮਾਜੇ ਪਰੇਸ਼ਾਨੀ ਹੋ ਗਈ ਉਹ ਮੇਰੇ ਦਿਨ ਭੁੱਲਦਾ ਨਹੀਂ ਸ਼ਾਮ ਨੂੰ ਮੈਂ ਰੋਟੀ ਨਹੀਂ ਖਾਧੀ ਉਹ ਮੇਰੀ ਦੁਬਾਰਾ ਬਾਰੀ-ਬਾਰੀ ਯਾਦ ਆਈ ਜਾਵੇ ਹੂੰ ਮੈਂ ਮੇਰੇ ਬਾਹਰ ਜਿਹੜੇ ਫੋਰਨ ਕੰਟਰੀ ਚ ਪੰਜਾਬੀ ਭਰਾ ਵਸਦੇ ਆ ਹੂੰ ਚਾਹੇ ਕਿਤੋਂ ਦੇ ਵੀ ਨੇ ਹੂੰ ਮੈਂ ਉਹਨਾਂ ਨੂੰ ਇਹੀ ਬੇਨਤੀ ਕਰਦਾ ਹੱਥ ਬੰਨ੍ਹ ਕੇ ਵੀ ਤੁਸੀਂ ਦੇਖੋ ਮਿੱਟੀ ਦਾ ਮੋਹ ਛੱਡਿਆ ਆਪਣੇ ਭੈਣ ਭਰਾ ਸਾਡੇ ਜਿਹੜੇ ਜੋੜ ਮੇਲੇ ਦਸਹਰੇ ਦੀਵਾਲੀਆਂ ਸ਼ਿਪਾਰ ਦੇ ਮੇਲੇ ਛੱਡੇ ਤੁਸੀਂ ਯਾਰ ਬਾਹਰ ਜਾ ਕੇ ਤਾਂ ਨਸ਼ਾ ਨਾ ਕਰਿਆ ਕਰੋ ਬਾਹਰ ਤੁਸੀਂ ਮਿਹਨਤ ਕਰਦੇ ਹੋ ਸਾਡੀ ਵੀ ਹੈਲਪ ਕਰਦੇ ਹੋ ਤੁਸੀਂ ਪੰਜਾਬ ਤੇ ਕੋਈ ਆਫਤ ਆਉਂਦੀ ਹੈ ਤਾਂ ਐਨ ਆਰ ਆਈ ਬਰਾਬਰ ਖੜਦੇ ਨੇ ਸਾਡੇ ਹੁਣ ਖੜਦੇ ਆ ਕਿ ਨਹੀਂ ਕਿੰਨੀ ਮਦਦ ਕਰਦੇ ਆ ਖਾਲਸਾ ਜਰਰੇ ਨਾਲ ਕਿੰਨੀ ਮਦਦ ਕਰਦੇ ਆ ਰਵੀ ਸਿੰਘ ਹੁਣ ਕਿੰਨੀ ਮਦਦ ਕਰਦੇ ਆ ਮੈਂ ਤਾਂ ਇੱਕ ਛੋਟਾ ਜਿਹਾ ਬੰਦਾ ਮੈਂ ਤਾਂ ਇੱਕ ਨਸ਼ਿਆਂ ਮੰਗਰੀ ਹੱਥੋਂ ਕੇ ਪਿਆ ਹੋਇਆ ਇਹ ਚ ਬਰੋਤ ਐ ਵੀ ਚਲਣੀ ਪੈਂਦੀ ਆ ਕੁਝ ਲੋਕ ਐਨਟੀ ਵੀ ਹੁੰਦੇ ਆਪਣੇ ਜਿਹੜੇ ਲੋਕ ਨਸ਼ਾ ਵੇਚਦੇ ਆ ਉਹ ਤਾਂ ਮੇਰੇ ਤੇ ਦੁਖੀ ਨੇ ਮੋਹ ਜ਼ਿਆਦਾ ਵੀ ਬੰਦਾ ਕਰ ਕੀ ਰਿਹਾ ਉਹਨਾਂ ਤੋਂ ਮੈਨੂੰ ਸੂਚਿਤ ਵੀ ਹੋਣਾ ਪੈਂਦਾ ਪਰ ਮੇਰਾ ਪ੍ਰਸ਼ਾਸਨ ਬਹੁਤ ਸਾਥ ਦੇ ਰਿਹਾ ਤੋ ਦੋਸਤੋ ਇਹ ਸ਼ੇਰਪੁਰ ਠਾਣਾ ਹੈ ਪਿੰਡ ਸ਼ੇਰਪੁਰ ਠਾਣਾ ਜ਼ਿਲ੍ਹਾ ਸੰਗਰੂਰ ਦਾ ਪੈਂਦਾ ਇਹ ਪਿੰਡ ਤੇ ਇੱਥੋਂ ਦੇ ਇਹੀ ਨੇ ਨਿਰਮਲ ਸਿੰਘ ਜੀ ਆਲਖ ਜਿਹੜੇ 6 ਸਾਲ ਤਕਰੀਬਨ ਹੋ ਚੁੱਕੇ ਨੇ 2015 ਦੇ ਵਿੱਚ ਜਿਨ੍ਹਾਂ ਨੇ ਸ਼ੁਰੂਆਤ ਕੀਤੀ ਸੀ 2014 ਦੇ ਵਿੱਚ ਇਹਨਾਂ ਦਾ ਜਿਹੜਾ ਫੌਜੀ ਭਰਾ ਸੀਗਾ ਬਿਅੰਦ ਸਿੰਘ ਆਲਖ ਜਿਨ੍ਹਾਂ ਦੀ ਮੌਤ ਹੋ ਗਈ ਸੀ दारू ਪੀਣ ਕਰਕੇ ਨਸ਼ਾ ਕਰਨ ਕਰਕੇ ਤੇ ਉਸ ਤੋਂ ਬਾਅਦ ਇਹਨਾਂ ਨੇ ਆਪਣਾ ਮਨ ਐਸਾ ਸੰਭਾਲਿਆ ਇਹਨਾਂ ਸਾਰੇ ਭਰਾਵਾਂ ਨੇ ਇਕੱਠੇ ਹੋ ਕੇ ਇੱਕ ਸਲਾਹ ਕੀਤੀ ਕਿ ਕਿਉਂ ਨਾ ਇਸ ਚੀਜ਼ ਦਾ ਕੋਈ ਰਾਮਬਾਨਾ ਇਲਾਜ ਕੱਢਿਆ ਜਾਵੇ ਤੋੜ ਕੱਢੀ ਜਾਵੇ ਜਿਸ ਤੋਂ ਜਿਹੜਾ ਹੁਣ ਸਾਰਾ ਪੰਜਾਬ ਜੂਝ ਰਿਹਾ ਸੀਗਾ ਜਿਹੜਾ ਨਸ਼ਿਆ ਤੋਂ ਨਸ਼ੇ ਦੇ ਵਿੱਚੋਂ ਨਸ਼ੇ ਦਲਦਲ ਦੇ ਵਿੱਚੋਂ ਨਿਕਲ ਰਿਹਾ ਆ ਉਸ ਚੀਜ਼ ਨੂੰ ਕਿਵੇਂ ਖਤਮ ਕੀਤਾ ਜਾਵੇ ਇਹਨਾਂ ਦੇ ਘਰੀ ਬੀਤੀ ਹੈ ਚੀਜ਼ ਤੇ ਇਹਨਾਂ ਨੇ ਇੱਕ ਚੀਜ਼ ਸੋਚੀ ਕਿ ਕਿਉਂ ਨਾ ਇਹ ਹੁਣ ਜੜ ਤੋਂ ਮੁਕਾਈ ਜਾਵੇ 6 ਸਾਲ ਹੋ ਗਏ ਨੇ ਬਹੁਤ ਵੱਡਾ ਤਜਰਬਾ ਹੋ ਚੁੱਕਾ ਆ ਲੋਕ ਇਹਨਾਂ ਕੋਲ ਲਗਾਤਾਰ ਆਉਂਦੇ ਨੇ ਲਾਕਡਾਊਨ ਦਾ ਟਾਈਮ ਚੱਲ ਰਿਹਾ ਆ ਪਰ ਫਿਰ ਵੀ ਜਿਹੜਾ ਆਪਣਾ ਜਿਹੜਾ ਕਲੀਨਿਕ ਹੈ ਜ਼ਰੂਰ ਖੋਲਦੇ ਨੇ ਘਰ ਦੇ ਵਿੱਚ ਹੀ ਇਹਨਾਂ ਨੇ ਆਪਣਾ ਕਲੀਨਿਕ ਬਣਾਇਆ ਹੋਇਆ ਆ ਸਵੇਰੇ 8 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਲਾਕਡਾਊਨ ਦੀ ਹਦਾਇਤਾਂ ਦਾ ਪਾਲਣ ਕਰਦੇ ਹੋਏ ਜਿਹੜ ਫਰੀ ਆਫ ਕੋਸ ਜਿਹੜੀ ਆ ਨਸ਼ੇ ਕਿਸੇ ਤਰੀਕੇ ਦਾ ਵੀ ਤੁਸੀਂ ਨਸ਼ਾ ਕਰਦੇ ਹੋ ਕਿਸੇ ਤਰੀਕੇ ਦੇ ਵੀ ਕੋਈ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਬੰਦਾ ਆ ਉਹ ਨਸ਼ਾ ਕਰਦਾ ਆ ਤੁਸੀਂ ਪਰਿਵਾਰ ਤੋਂ ਲੁਕਾਉਣਾ ਵੀ ਚਾਹੁੰਦੇ ਹੋ ਤਾਂ ਤੁਸੀਂ ਬੇਸ਼ ਖੌਫ ਹੋ ਕੇ ਇਹਨਾਂ ਕੋਲੇ ਆ ਸਕਦੇ ਹੋ ਇਹਨਾਂ ਤੇ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਨਿਰਮਲ ਸਿੰਘ ਔਲਖ ਸ਼ੇਰਪੁਰ ਥਾਣਾ ਦਾ ਸ਼ੇਰਪੁਰ ਥਾਣਾ ਪਿੰਡ ਹੈ ਜ਼ਿਲ੍ਹਾ ਸੰਗਰੂਰ ਪੈਂਦਾ ਆ ਤੁਸੀਂ ਬੇਖੌਫ ਹੋ ਕੇ ਇਹਨਾਂ ਨੂੰ ਇਹਨਾਂ ਕੋਲ ਪਹੁੰਚ ਸਕਦੇ ਹੋ ਕੋਈ ਵੀ ਦਵਾਈ ਜਿਹੜੀ ਆ ਲੈਣੀ ਹੋਵੇ ਜਦੋਂ ਮਰਜ਼ੀ ਇਹਨਾਂ ਨੂੰ ਫੋਨ ਕਰਕੇ ਆ ਤੁਸੀਂ ਇਹਨਾਂ ਦੇ ਕੋਲ ਆ ਕੇ ਐਡਰੈਸ ਤੇ ਇਹਨਾਂ ਤੋਂ ਜਿਹੜੀ ਦਵਾਈ ਲੈ ਆ ਸਕਦੇ ਹੋ ਉਮੀਦ ਕਰਦੇ ਹਾਂ ਦੋਸਤੋ ਵੀਡੀਓ ਚੰਗੀ ਲੱਗੀ ਹੋਊਗੀ ਵੀਡੀਓ ਨੂੰ ਵਾਤ ਵਾਤ ਸ਼ੇਅਰ ਕਰ ਦਿਓ ਹੋਰ ਇਹੋ ਜਿਹੇ ਕਿਸਾਨਾਲ ਸਮ ਇਜਾਜ਼ਤ ਤੇ ਵੇਖਦੇ ਰਹੋ ਪੰਜਾਬ న్యూਸ ਧੰਨਵਾਦ